ਤੂੰ ਕੀ ਡਰਾਮਾ ਪਾਤੇ ਹੋਇਆ ਤੈਨੂੰ ਤਾਂ ਪਤਾ ਮੈਂ ਤੇਰੇ ਤੋਂ ਬਗੈਰ ਨਹੀਂ ਰਹਿ ਸਕਦੀ ਵਾਤੀ ਤੂੰ ਐ ਵੀ ਤੂੰ ਮੇਰੇ ਤੇ ਫੋਨ ਹੀ ਨਹੀਂ ਕਰੇਂਦਾ ਨਾ ਮੇਰੇ ਨਾਲ ਗੱਲ ਕਰਨੇ ਗਵਾਰਾ ਸਮਝੇਨਾ ਨਹੀਂ ਨਹੀਂ ਮੈਨੂੰ ਕੋਈ ਨਹੀਂ ਪਤਾ ਭਾਈ ਮੇਰੇ ਨਾਲ ਸ਼ਾਦੀ ਕਰ ਨਹੀਂ ਤਾਂ ਮੈਂ ਆ ਵੜਨਾ ਤੇਰੇ ਦੇ ਸ਼ਾਦੀ ਕਰ ਮੇਰੇ ਨਾਲ ਜਿੰਦਗੀ ਦਾ ਤੇ ਕਿਉਂ ਕੀ ਆ ਡਰਾਮਾ ਮੈਂ ਡਰਾਮਾ ਕੋਈ ਨਹੀਂ ਕਰਾਂਗੀ ਵੀ ਮੈਂ ਸਹੀ ਆ ਨਹੀਂ ਰਹੀ ਹੁਣ ਦੋ ਤਰ੍ਹਾਂ ਦੇ ਤਾਈ ਤੂੰ ਮੈਨੂੰ ਕੋਈ ਅੱਛੀ ਖਬਰ ਨਾ ਸੁਣਾਈ ਨਾ ਤੇ ਮੈਂ ਨਾ ਸਾਹਮਣੇ ਮੈਂ ਤੈਨੂੰ ਆਉਂਦੀ ਪਈ ਆ ਮੈਨੂੰ ਕੋਈ ਨਹੀਂ ਪਤਾ ਬਾਬੀ ਕਿੰਨੇ ਨਾਲ ਲੱਗੀ ਹੈ ਕਿਆ ਨਾਲ ਹੀ ਨਹੀਂ ਇਹ ਫੋਨ ਕਿਦੋਂ ਲਏ ਮੇਰਾ ਬਸ ਇਹ ਫੋਨ ਕਹਿੰਦਾ ਮੇਰਾ ਹੈ ਪਿਆ ਤੈਨੂੰ ਪਤਾ ਹੈ ਤੇਰੇ ਪਿਓ ਤੇ ਬਿਰਾ ਨੂੰ ਬਤਾ ਫੋਨ ਰੱਖਿਆ ਹੋਇਆ ਨਹੀਂ ਉਹਨਾਂ ਨੂੰ ਕੋਈ ਪਤਾ ਤੇ ਕਹਿੰਦੇ ਨਾਲ ਗੱਲ ਕਰਨ ਦੀ ਬੈਠੀ ਮੈਂ ਸਾਹਿਰ ਨਾਲ ਕਰਨ ਦੀ ਬੈਠੀ ਹਾਂ ਜਦ ਮੈਂ ਪਿਆਰ ਕਰਨੀ ਹਾਂ ਗੱਲ ਸੁਣ ਬੇਟਾ ਮੈਂ ਤੇਰੀ ਵੱਡੀ ਭਾਬੀ ਹਾਂ ਠੀਕ ਹੈ ਅਤੇ ਮੈਂ ਤੈਨੂੰ ਤੇਰੀ ਵਾਸਤੇ ਕੋਈ ਗੱਲ ਅਗਰ ਕਰ ਸਾਂ ਨਾ ਤਾਂ ਤੇਰੇ ਅੱਛੇ ਵਾਸਤੇ ਵੀ ਸੋਚਾਂ ਤੇਰੇ ਵਾਸਤੇ ਬੁਰਾ ਨਹੀਂ ਸੋਚਦੀ ਮੈਨੂੰ ਕੋਈ ਅਜੇ ਪੱਟੀਆਂ ਨਾ ਪੜਾ ਨਾ ਸੋਚੋ ਤੁਸੀਂ ਮੇਰੇ ਬਾਰੇ ਮੇਰੀ ਗੱਲ ਤਾਂ ਸੁਣ ਮੇਰਾ ਬੇਟਾ ਇੱਜ਼ਤ ਇੱਕ ਵਾਰੀ ਲੈ ਜਾਵੇ ਨਾ ਤਾਂ ਦੁਬਾਰਾ ਵਾਪਸ ਨਹੀਂ ਆਉਂਦੀ ਤੇ ਮੈਂ ਕਿਹੜਾ ਬੁਰਾ ਸੋਚਦੀ ਪਈ ਹਾਂ ਮੈਂ ਤਾਂ ਉਹਨੂੰ ਆਖਿਆ ਮੇਰੇ ਨਾਲ ਸ਼ਾਦੀ ਕਰ ਨਹੀਂ ਤਾਂ ਤੂੰ ਇਸ ਤਰ੍ਹਾਂ ਕਿਉਂ ਚੋਰੀ ਮੋਬਾਈਲ ਤੂੰ ਕੁਆਰੀ ਧੀ ਹੈ ਇਹ ਚੋਰੀ ਮੋਬਾਈਲ ਰੱਖ ਕੇ ਕੀ ਸਾਬਤ ਕਰਨਾ ਚਾਹੀਦਾ ਉਹਨੂੰ ਪਿਆ ਨਹੀਂ ਮੇਰੇ ਨਾਲ ਸ਼ਾਦੀ ਨਾ ਕਰੇ ਸੀ ਤਾਂ ਮੈਂ ਨਾਸਾ ਸਾਂ ਹੋਰ ਕੀ ਆਖਾਂ ਜਦੋਂ ਸ਼ਾਦੀ ਨਹੀਂ ਕਰਨੀ ਮੈਂ ਆਪਣੀ ਜ਼ਿੰਦਗੀ ਕਿਉਂ ਬਰਬਾਦ ਕਰਾਂ ਇਵੇਂ ਉਹਦੇ ਨਾਲ ਮੈਂ ਉਹਨੂੰ ਬਹੁਤ ਪਿਆਰ ਕਰਦੀ ਹਾਂ ਉਹਦੇ ਬਗੈਰ ਮੈਂ ਨਹੀਂ ਰਹਿ ਸਕਦੀ ਅੱਛਾ ਇਸ ਤਰ੍ਹਾਂ ਤੂੰ ਆਪਣੇ ਅੱਬੂ ਨਾਲ ਕਿਉਂ ਨਹੀਂ ਗੱਲ ਕਰਦੀ ਆਪਣੇ ਬਿਆਨ ਕਿਉਂ ਨਹੀਂ ਦਿਸਦੀ ਉਹਨਾਂ ਨੂੰ ਦੱਸ ਜੋ ਤੇਰਾ ਰਿਸ਼ਤਾ ਕਰੇ ਸੰਜਾਬ ਇੱਜ਼ਤ ਨਾਲ ਉਹ ਨਹੀਂ ਕਰੇਂਦੇ ਲੇਕਿਨ ਮੇਰੀ ਗੱਲ ਸੁਣ ਇਹ ਫੋਨ ਨਹੀਂ ਕਰੀ ਕੱਟ ਮੇਰੀ ਗੱਲ ਸੁਣ ਸ਼ਰਮਾਂ ਵਾਲੀਆਂ ਅਤੇ ਲੱਜਾਂ ਵਾਲੀਆਂ ਉਹ ਧੀਆਂ ਆਉਂਦੀਆਂ ਜਿਹੜੀਆਂ ਚਾਰ ਦੀਵਾਰੀ ਦੇ ਅੰਦਰ ਰਹਿ ਕੇ ਨਾ ਅਤੇ ਆਪਣੇ ਮਾਂ ਪਿਓ ਦੀ ਇੱਜ਼ਤ ਬਚਾ ਕੇ ਰੱਖੇ ਤੇ ਮੈਂ ਇੱਕ ਮਾਂ ਪਿਓ ਦੀ ਇੱਜ਼ਤ ਦੇ ਬਾਰੇ ਸੋਚੈਨੀ ਆ ਤਾਂ ਪਰ ਤੂੰ ਮੈਂ ਕਿ ਸ਼ਾਦੀ ਕਰ ਮੇਰੇ ਨਹੀਂ ਤਾਂ ਰਿਸ਼ਤਾ ਕਿ ਮੰਗ ਨਹੀਂ ਤਾਂ ਮੇਰੇ ਨਾਲ ਸ਼ਾਦੀ ਅੱਛਾ ਮੇਰੀ ਗੱਲ ਸੁਣ ਮੇਰੇ ਵੱਲੋਂ ਹੀ ਵੇਖ ਲਾ ਨਾਰਾਜ਼ ਨਾ ਹੋਵੀ ਮੈਂ ਕੋਈ ਗਲਤ ਗੱਲ ਤਾਂ ਨਹੀਂ ਕਰਦੀ ਪਈ ਜਦੋਂ ਤੇਰੇ ਭਰਾ ਦੀ ਮੇਰੇ ਨਾਲ ਸ਼ਾਦੀ ਹੁੰਦੀ ਪਈ ਆ ਨਾ ਹਰ ਬੰਦੇ ਗੱਲ ਕੀਤੀ ਆਏ ਵੀ ਉਹ ਕਿਹਾ ਹੈ ਬਾਂਦਰ ਜਿਹਾ ਸੁੱਕਾ ਪੁੱਕਾ ਹੋਇਆ ਅਤੇ ਬੁੱਢਾ ਅਤੇ ਉਹਦੇ ਨਾਲ ਤੇਰੀ ਸ਼ਾਦੀ ਹੁੰਦੀ ਪਈ ਹੈ ਹੈਂ ਮੈਂ ਵੇਖਿਆ ਤਾਂ ਕੋਈ ਨਹੀਂ ਤੇਰੇ ਭਰਾ ਨੂੰ ਲੋਕਾਂ ਦੀ ਤਾਂ ਆਦਤ ਹੈ ਪਈ ਲੋਕ ਤਿਵੇਂ ਭੋਗਦੇ ਰਹਿੰਦੇ ਨੇ ਸੁੱਕਾ ਪੁੱਕੋ ਅੱਛਾ ਮੇਰੀ ਗੱਲ ਸੁਣ ਸਾਡੇ ਘਰ ਤਾਂ ਵੇਖਿਓ ਹੈ ਹਾਂ ਸਾਡਾ ਮਾਹੌਲ ਵੀ ਵੇਖਿਓ ਹੈ ਹਾਂ ਵੇਖਿਓ ਮੈਂ ਇਹਨਾਂ ਜਗ੍ਹਾ ਦੇ ਵਿੱਚ ਆ ਕੇ ਗੁਜ਼ਾਰਾ ਕਰਿੰਦੀ ਪਈ ਤਾਂ ਕਿਸ ਪਿੱਛੇ ਆਪਣੇ ਮਾਂ ਪਿਓ ਦੀ ਇੱਜ਼ਤ ਦੇ ਪਿੱਛੇ ਹਾਂਜੀ ਕਿ ਮੇਰੇ ਮਾਂ ਪਿਓ ਦੀ ਇੱਜ਼ਤ ਤੇ ਆਂਚ ਨਾ ਆਵੇ ਮੈਂ ਉਹ ਜਾਣੇ ਜਿਵੇਂ ਵੀ ਹੋਇਆ ਮੈਥੋਂ ਗੁਜ਼ਾਰਾ ਮੈਂ ਆਪਣਾ ਕਰੇ ਸਾਂ ਹੈਂ ਇਸ ਦਾ ਇਹ ਮਤਲਬ ਤਾਂ ਨਹੀਂ ਨਾ ਕਿ ਤੂੰ ਮੇਰੇ ਘਰ ਪਤਾ ਜਦੋਂ ਵੱਡੀ ਭਾਬੀ ਹੋਵੇ ਜਾਂ ਮਾਂ ਹੋਵੇ ਤੇਰੀ ਮਾਂ ਸਿਰ 'ਤੇ ਨਹੀਂ ਰਹੀ ਪਰ ਤੂੰ ਸਮਝਿਆ ਕਰਕੇ ਮੈਂ ਤੇਰੀ ਮਾਂ ਕਿਉਂਕਿ ਮੈਂ ਤੇਰੀ ਵੱਡੀ ਭਰਜਾਈ ਹਾਂ ਲੇਕਿਨ ਮੈਨੂੰ ਨਹੀਂ ਪਤਾ ਮੈਨੂੰ ਪਤਾ ਹੈ ਅੱਬੇ ਤਾਂ ਭਾਈ ਮੰਨਣਾ ਕੋਈ ਨਹੀਂ ਹੈ ਵੀ ਉਹ ਮੰਨ ਜਾਵਣ ਵੀ ਤੂੰ ਸ਼ਾਦੀ ਕਰ ਲੈ ਸਾਹਿਲ ਨਾਲ ਮੈਨੂੰ ਪਤਾ ਹੈ ਮੈਂ ਮੋਬਾਈਲ ਰੱਖਣਾ ਕੋਈ ਨਹੀਂ ਛੱਡਣਾ ਮੈਂ ਗੱਲ ਕਰੇ ਸਾਂ ਮੈਂ ਤੈਨੂੰ ਮਨਾ ਕਰਦੀ ਪਈ ਹਾਂ ਨਾ ਕਿ ਤੂੰ ਨਾ ਕਰ ਇਸ ਤਰ੍ਹਾਂ ਮੈਂ ਕੋਈ ਨਹੀਂ ਛੱਡਣਾ ਮੇਰੀ ਗੱਲ ਤਾਂ ਸੁਣ ਇੱਕ ਬੇਟੀ ਹੋ ਮੈਂ ਤੈਨੂੰ ਆਪਣੀ ਇੱਕ ਬੇਟੀ ਸਮਝੇਨੀ ਹਾਂ ਠੀਕ ਹੈ ਅਤੇ ਤੈਨੂੰ ਅੱਛਾ ਮਸ਼ਵਰਾ ਦੇ ਸਾਂ ਤੂੰ ਆਪਣੇ ਭਰਾ ਨਾਲ ਆਪਣੇ ਪਿਓ ਨਾਲ ਗੱਲ ਮੈਂ ਕਰਾਂ ਹਾਂ ਤੁਸੀਂ ਕਰੋ ਅਗਰ ਮੰਨ ਜਾਂਦੇ ਤਾਂ ਠੀਕ ਹੈ ਨਹੀਂ ਤਾਂ ਮੈਂ ਉਹਦੇ ਨਾਲ ਨੱਸ ਜਾਵਣਾ ਨਾ ਮੇਰਾ ਬੇਟਾ ਇਸ ਤਰ੍ਹਾਂ ਦੀ ਗੱਲਾਂ ਨਹੀਂ ਕਰੀਂਦੀਆਂ ਕਿਉਂ ਨੱਸ ਜਾਵਣਾ ਅਤੇ ਹੋਰ ਭਾਬੀ ਮੈਂ ਕੀ ਕਰਾਂ ਮੈਂ ਨਹੀਂ ਰਹਿ ਸਕਦੀ ਉਹਦੇ ਤੋਂ ਬਗੈਰ ਨਹੀਂ ਮੁੜ ਵੀ ਦੱਸ ਤੁਸੀਂ ਕੌਣ ਹੈ ਉਹ ਭਾਬੀ ਮਲਕ ਹਨ ਪੈ ਚੰਗੇ ਅਮੀਰ ਹਨ ਖਾਣ ਪੀਣ ਵਾਲੇ ਘਰ ਦੇ ਹਨ ਅਮੀਰ ਹਨ ਪੈ ਢੇਰ ਸਾਰੇ ਬਹੁਤ ਅੱਛਾ ਲੜਕਾ ਹੈ ਪਿਆ ਠੀਕ ਹੈ ਉਹ ਬੜੇ ਅਮੀਰ ਹਨ ਖਾਣ ਪੀਣ ਵਾਲੇ ਮਲਿਕ ਸਾਡੀ ਔਕਾਤ ਬਰਾਬਰ ਤਾਂ ਨਹੀਂ ਹੈ ਨਾ ਆਪਣੀ ਔਕਾਤ ਦਾ ਪਤਾ ਹੀ ਕਿ ਸਾਡੀ ਕੀ ਸਾਡੇ ਗਾਰੇ 'ਚ ਅੱਜ ਤੱਕ ਨਲਕਾ ਨਹੀਂ ਲੱਗ ਸਕਿਆ ਅਸੀਂ ਮੋਟਰ ਤੋਂ ਪਾਣੀ ਪੀਂਦੇ ਹਾਂ ਤੇ ਭਾਬੀ ਮੈਂ ਕੀ ਕਰਾਂ ਅਗਰ ਮੇਰੀ ਸ਼ਾਦੀ ਉਹਦੇ ਨਾਲ ਨੋਏ ਮੈਂ ਜ਼ਹਿਰ ਖਾ ਕੇ ਮਰ ਜਾਵਣਾ ਇਹਨੇ ਮੇਰੀ ਗੱਲ ਸੁਣ ਅਕਸਰ ਇਸ ਤਰ੍ਹਾਂ ਦੇ ਲੋਕ ਜ਼ਿੰਦਗੀ 'ਚ ਮਜ਼ਾਕ ਬਣਾ ਕੇ ਤੁਰ ਜਾਂਦੇ ਨੇ ਠੀਕ ਹੈ ਮੈਂ ਤੈਨੂੰ ਇਹੋ ਹੀ ਆਖਸਾਂ ਕਿ ਐਸਾ ਕੋਈ ਕਦਮ ਨਾ ਉਠਾਵੀਂ ਜਿਸ ਦੀ ਵਜ੍ਹਾ ਤੋਂ ਤੇਰੇ ਪਿਓ ਅਤੇ ਵਿਰਾਹ ਦੀ ਨਾ ਪੱਗ ਝੁੱਕ ਜਾਵੇ ਔਰ ਸਿਰ ਝੁੱਕ ਜਾਵੇ ਦੁਨੀਆ ਜੀਵਣ ਦਾ ਨਾ ਛੁੜੇ ਸੀ ਤੂੰ ਪਰੇਸ਼ਾਨ ਨਾ ਹੋ ਮੇਰੇ 'ਤੇ ਭਰੋਸਾ ਹੀ ਨਾ ਹਾਂ ਤੁਹਾਡੇ 'ਤੇ ਭਰੋਸਾ ਤਾਂ ਅਗਰ ਤੁਸੀਂ ਗੱਲ ਕਰੇਂਦੇ ਅਗਰ ਮੰਨ ਜਾਂਦੇ ਤਾਂ ਠੀਕ ਹੈ
ਨਹੀਂ ਤਾਂ ਭਾਬੀ ਮੇਰੀ ਸਾਫ ਗੱਲ ਇਹਨੇ ਮੈਂ ਉਹਦੇ ਨਾਲ ਚੋਰੀ ਸ਼ਾਦੀ ਕਰ ਲਵਣੀ ਨੇ ਨਹੀਂ ਨਹੀਂ ਤੂੰ ਨਸ਼ਾ ਵਾਲਾ ਕੰਮ ਨਹੀਂ ਕਰਨਾ ਤੂੰ ਤੂੰ ਅੰਦਰ ਜਾ ਔਰ ਤੂੰ ਉਦੋਂ ਤੀਕਰ ਉਸ ਨਾਲ ਇੱਕ ਵਾਰੀ ਗੱਲ ਨਹੀਂ ਕਰੇਂ ਜਦੋਂ ਤੀਕਰ ਮੈਂ ਤੇਰੇ ਵੀਰਾਂ ਨਾਲ ਨਾ ਕੰਮ ਪਾਵਾਂ ਔਰ ਇੱਕ ਵਾਰੀ ਨਾ ਮੈਨੂੰ ਤੂੰ ਸਾਲ ਵੀ ਮਿਲਾ ਠੀਕ ਹੈ ਮੈਂ ਉਹਨੂੰ ਮਿਲ ਕੇ ਤੈਨੂੰ ਦੱਸੇ ਸਾਂ ਕਿ ਤੇਰੇ ਨਾਲ ਸ਼ਾਦੀ ਕਰਨ ਵਾਲਾ ਹੈ ਜਾਂ ਨਹੀਂ ਠੀਕ ਹੈ ਮੈਂ ਮਿਲਾਈ ਸਾਂ ਜਾ ਤੂੰ ਇਹ ਤਾਂ ਸਾਰਾ ਕੰਮ ਹੀ ਖਰਾਬ ਹੁੰਦਾ ਪਿਆ ਇਸ ਛੋਟੇ ਨੂੰ ਕਿਸ ਤਰ੍ਹਾਂ ਕੰਟਰੋਲ ਕਰਾਂ ਮੈਂ ਮਲੰਗੀ ਨਾਲ ਗੱਲ ਕਰੀਨੀ ਹਾਂ ਸ਼ਾਇਦ ਉਹ ਹੀ ਕੋਈ ਹੱਲ ਕੱਢ ਸੀ ਅੱਜ ਆਉਂਦਾ ਹੈ ਨਾ ਉਹਦੇ ਨਾਲ ਗੱਲ ਕਰਨੀ ਪਊ ਸੀ ਮੈਨੂੰ ਜਿਸ ਵੇਲੇ ਯਮਨਾ ਫਿਰ ਐਂ ਨੱਪੀ ਬੈਠੀ ਹੁੰਦੀ ਹੈ ਉਹ ਘਰ ਕੋ ਮਰੇ ਕੋ ਘਰ ਦਾ ਕਰ ਆਇਆ ਗੰਧ ਸਾਰਾ ਹੋਇਆ ਪਿਆ ਮੇਰੇ ਇੰਨੇ ਸਿਰ ਨੂੰ ਪੀੜ ਆਈ ਤੇ ਮੈਂ ਹੁਣੀ ਉੱਠੀ ਮੈਂ ਆਖੇ ਕਰੀਨੀ ਆ ਉਹ ਕਦੀ ਤੇ ਸੁੱਖ ਨਾਲ ਬੈਠੀ ਸਿਰ ਨੂੰ ਪੀੜ ਤੇ ਫਲਾਣ ਤੇ ਦਿਮਕਾਂ ਜ਼ਲੀਲ ਹੋ ਗਿਆ ਬਾਹਰ ਕਰ ਕਰਕੇ ਆਵਿੰਦਾ ਜੀ ਇੱਥੇ ਇਹ ਐਂ ਮਰਨਾ ਖਿਲਾਰੀ ਬੈਠੀ ਹੁੰਦੀ ਅੱਜ ਹੀ ਮਲੰਗੀ ਮੇਰੇ ਸਿਰ ਨੂੰ ਪੀੜ ਹੋਈ ਅੱਗੇ ਕਦਾਂ ਮੈਂ ਪਈ ਰਹੀ ਉਹ ਤੂੰ ਅੱਗੇ ਕਦਣ ਸਹੀ ਹੋਈ ਹੈ ਹਰ ਵੇਲੇ ਬਿਮਾਰ ਜੇ ਲੋਕਣੀ ਪਰਨਾ ਕੇ ਆਉਂਦੀ ਹਰ ਵੇਲੇ ਬਿਮਾਰ ਹਰ ਵੇਲੇ ਬਿਮਾਰ ਪਤਾ ਨਹੀਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਮਲੰਗੀ ਤੇਰਾ ਮੇਰੇ ਤੋਂ ਗੁੱਸਾ ਕਿਉਂ ਨਹੀਂ ਲਾਂਦਾ ਮੈਂ ਭੰਮਦੀ ਨੂੰ ਤੂੰ ਤੇ ਮੁੜ ਸ਼ਾਦੀ ਨਾ ਕਰੇ ਆ ਤਲਾਕ ਦੇ ਛੱਡਿਆ ਉਸ ਦੇ ਤੇ ਆਖਿਆ ਨਹੀਂ ਮੈਨੂੰ ਚਾਹੀਦੀ ਸ਼ਾਦੀ ਮੈਂ ਕੀਤੀ ਜੇ ਤੂੰ ਤੇ ਉਹ ਮੈਂ ਕਰਨੀ ਆਈ ਉਹ ਮੈਂ ਕਰ ਲਈ ਕਿਉਂ ਮੈਂ ਤੈਨੂੰ ਕਿਹਾ ਵੱਟੇ ਮਾਰੇ ਆਂ ਮੇਰੇ ਨਾਲ ਕਾਹੇ ਜ਼ਿੱਦ ਆਈ ਆ ਕੋ ਗਿਰਾ ਹੁਣ ਕੋਈ ਨਹੀਂ ਦੇਨੀ ਆ ਰੋਟੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਆਈ ਕਰ ਨਾਰਾਜ਼ ਤਾਂ ਨਾ ਹੋਸੋ ਤੁਸੀਂ ਨਹੀਂ ਨਹੀਂ ਨਾਰਾਜ਼ ਤਾਂ ਇੱਥੇ ਕਿਆ ਮੈਂ ਹੋਵਣਾ ਹੁਣ ਆਪਣੀ ਜਿਹੜੀ ਉਹ ਹੈ ਸਲਮਾ ਉਹ ਬਹਿਣ ਮੇਰੀ ਜੀ ਹਾਂ ਅੱਛਾ ਹੁਣ ਕੀ ਹੈ ਕੁਛ ਨਹੀਂ ਗੱਲ ਬੜਾ ਮੈਂ ਸਲੀਲਾ ਮੁੜ ਬਹਿਣੇ ਉਹ ਉਹਦੀ ਗੱਲ ਮੇਰੇ ਅੱਗੋਂ ਨਾ ਕੀਤੀ ਕਰ ਚੁੱਪ ਕਰਕੇ ਬੈਠੀ ਕਰ ਸਲਮਾ ਜਿਹੜੀ ਇੱਕ ਤੇਰੀ ਭੈਣ ਇੱਕ ਮਿੰਟ ਗੱਲ ਤਾਂ ਸੁਣੋ ਮੇਰੀ ਸੁਣਾ ਸੁਣਾ ਉਹ ਤੁਹਾਨੂੰ ਤਾਂ ਪਤਾ ਹੈ ਬੇ ਅੱਬਾ ਵਧਾ ਕੋਈ ਨਹੀਂ ਮੈਂ ਤਾਂ ਗੱਲ ਤੁਹਾਡੇ ਨਾਲ ਹੀ ਕਰਨੀ ਹੈ ਵਿਹੜੇ ਤੋਂ ਬਾਹਰ ਹੀ ਵਿਹੜੇ ਤੋਂ ਬਾਹਰ ਹੀ ਚਗਲ ਚਗਲ ਡੜੀ ਹੋਈ ਹੈ ਵਿਹੜੇ ਤੋਂ ਬਾਹਰ ਮੈਂ ਆਵਾਜ਼ ਸੁਣਦਾ ਪਿਆ ਦੌੜ ਦੌੜ ਦਾ ਕੀ ਕਰੇ ਨਾ ਮੇਰਾ ਪੁੱਤਰ ਮੈਂ ਆਏ ਵਹਿੰਦਾ ਪਿਆ ਬਹਿਰਾ ਚੁੱਪ ਕਰਕੇ ਕਿਹੜਾ ਤੋ ਤੂੰ ਹੁੱਕਾ ਬਾਹਰ ਪਟਣਾ ਪੱਟ ਕੇ ਮੁੜ ਆ ਗਿਆ ਮੁੜ ਬਾਹਰ ਹੁੱਕਾ ਪਟਣਾ ਪੱਟ ਕੇ ਆ ਗਈ ਉਹ ਮੇਰਾ ਪੁੱਤਰ ਮੇਰੀ ਗੱਲ ਸੁਣੋ ਆਵਾਜ਼ ਥੋੜ੍ਹੀ ਰੱਖੀ ਕਰ ਤਾਂ ਘਰ ਮੈਂ ਆਪਣੇ ਬੈਠਾ ਮੈਂ ਕਿਸੇ ਦੇ ਘਰ ਬੈਠਾ ਆਵਾਜ਼ ਥੋੜ੍ਹੀ ਰੱਖੀ ਕਰ ਆਵਾਜ਼ ਥੋੜ੍ਹੀ ਰੱਖੀ ਕਰ ਗੱਲ ਕਰ ਤੂੰ ਜਦੋਂ ਜੰਮਣ ਲੱਗੀ ਆਈ ਨਾ ਮੈਂ ਦਮ ਗਿਰਦ ਨਲੀ ਨਾ ਖਾ ਉਹ ਗਿਰਦ ਨਲੀ ਨਾ ਖਾ ਉਹ ਮੁੜ ਡੜੀ ਰਹੀ ਡੜੀ ਰਹੀ ਗਿਰਦ ਨਲੀ ਵਿੱਚੋਂ ਗਿਰਦ ਨਲੀ ਨਿਕਲਣਾ ਹੈ ਹੋਰ ਕੀ ਨਿਕਲਣਾ ਹੈ ਆਪਾਂ ਜ਼ਲੀਲ ਕੀਤੋ ਹੋਏ ਤੂੰ ਬੈੜੇ ਸ਼ੌਕ ਕਬੂਤਰ ਰੱਖਦਾ ਹੈ ਕੁੱਕਾ ਰੱਖਦਾ ਹੈ 70 ਕੁੱਤਾ ਰੱਖੇ ਹੋਏ ਤੂੰ ਬਾ ਚੁੱਪ ਕਰ ਮਲੰਗੀ ਪਿਓ ਨਾਲ ਕੀ ਹੋ ਪਿਓ ਨਾਲ ਪਿਓ ਜ਼ਲੀਲ ਕੀਤੋ ਹੈ ਮਗਰੂ ਤਾਂ ਮੇਰੇ ਤਾਂ ਮਗਰੂ ਲੈ ਜਾਂਦਾ ਚੰਗਾ ਹੈ ਪਿਓ ਨੂੰ ਇੰਜ ਨਹੀਂ ਅਖੀਂਦਾ ਮਗਰੂ ਲੈ ਜਾ ਖੈਰ ਹੀ ਕੀ ਹੋ ਜੀ ਗੱਲਾਂ ਕਰੇ ਨਾ ਤੋ ਮੈਂ ਨਾ ਲਉ ਕਿ ਉਹ ਮੇਰਾ ਪਿਓ ਹੈ ਮੇਰਾ ਬੇਲ ਵੀ ਹੈ ਮੈਂ ਉਹਦੀ ਮਿਹਨਤ ਕਰ ਰਿਹਾ ਹਾਂ ਉਹ ਚਗਾਲਾ ਆਪਣੀ ਉਮਰ ਵੇਖ ਤੇ ਉਹਦੀ ਉਮਰ ਵੇਖ ਅੱਬਾ ਉਮਰ ਉਹਨ ਮੈਂ ਕਈ ਸ਼ਾਦੀ ਤੰਗ ਦਿੱਤੀ ਹੋਈ ਹੈ ਉਹਨ ਕੱਪੜੇ ਨਹੀਂ ਲੈ ਲੈਂਦਾ ਉਹਨ ਜੁੱਤੀ ਨਹੀਂ ਲੈ ਮੁੜ ਵੀ ਸਿੱਖੀਤੀ ਰੱਖਣਾ ਹੱਟ ਕੇ ਮੇਰੀ ਥਵਾਣੀ ਦੇ ਕੋਲ ਮੇਰੀ ਬਿਰਤੀ ਉਹ ਮੇਰਾ ਬਹੁਤ ਖਪਦਾ ਨਾ ਰਿਹਾ ਕਰ ਮੈਂ ਇੱਕ ਗੱਲ ਕਰਾਂ ਤੁਹਾਡੇ ਨਾਲ ਅੱਜ ਚਾਚਾ ਤੁਸੀਂ ਵੀ ਬੈਠੇ ਹੋ ਤੇ ਤੂੰ ਵੀ ਬੈਠਾ ਜੁੱਤੀ ਕੱਪੜਾ ਰੋਟੀ ਤੇ ਮਾਂ ਪਿਓ ਦੇ ਘਰ ਵੀ ਲੱਭਦੀ ਹੈ ਸ਼ਾਦੀ ਦੀ ਦੀ ਕਿਉਂ ਆਉਂਦੀ ਹੈ ਕਿਸ ਵਾਸਤੇ ਮਾਂ ਪਿਓ ਦੀ ਨੂੰ ਪਰਨਾ ਕੇ ਅੱਗਾਂ ਦੂਏ ਘਰ ਵਿੱਚ ਗਲੇਂਦਾ ਕਿਉਂ ਉਹਨੂੰ ਆਉਂਦੇ ਘਰ ਜੁੱਤੀ ਕੱਪੜਾ ਰੋਟੀ ਕੋਈ ਨਹੀਂ ਹੁੰਦਾ ਤਾਂ ਅੱਗਾਂ ਅਗਲੇ ਘਰ ਗੱਲ ਚੁੜੇਂਦੇ ਹਰ ਸ਼ਾ ਹੁੰਦੀ ਹੈ ਤੇ ਮੁੜ ਮੈਂ ਤੇਰੇ ਘਰ ਪਰ ਨਹੀਂ ਕਿ ਰੋਟੀ ਕੱਪੜੇ ਜੁੱਤੀ ਪਿੱਛੇ ਆਈ ਹੈ ਕਿਹੜੀਆਂ ਸੋਹਣੀਆਂ ਗੱਲਾਂ ਕਰਦੀ ਹੈ ਤੈਨੂੰ ਇਹ ਗੱਲ ਤੇਰੀ ਸੱਚੀ ਇਸ ਗੱਲ ਵਿੱਚ ਮੈਂ ਤੇਰੇ ਝੂਠ ਨਹੀਂ ਸਮਝਦਾ ਕੋਈ ਤਾਂ ਦੇ ਦੱਸ ਚੱਕੇ ਮੇਰੇ ਨਾਲ ਤੂੰ ਹੱਸ ਕੇ ਚਾਚਾ ਮੈਨੂੰ ਅੱਜ ਆਦਾ ਪੈ ਕੇ ਮੈਂ ਤਾਂ ਤੇਰੇ ਨਾਲ ਜ਼ਿੱਦ ਪੂਰੀ ਕਰਨੀ ਆ ਸ਼ਾਦੀ ਗਾਲੀ ਉਹ ਇੰਨੀ ਅੱਖੀ ਕੁੱਤਿਆ ਓਏ ਅੱਬਾ ਮੈਂ ਤੰਗ ਹੋ ਕੇ ਬਾਹਰੋਂ ਆਇਆ ਇੱਕ ਬਾਹਰੋਂ ਕੰਮ ਕਰੇ ਤਾਂ ਅੱਗੋਂ ਬੈਠੀ ਹੁੰਦੀ ਨਾ ਕੋਈ ਟੁੱਕਰ ਪੁੱਜਦੇ ਨਾ ਪਾਣੀ ਪੁੱਜਦੀ ਕਦੀ ਘਰੋਂ ਬਾਹਰ ਨਿਕਲੀ ਖੁਦਾ ਦਾ ਸ਼ੁਕਰ ਕਰ ਮੈਂ ਬੈਠੀ ਹੁੰਦੀ ਆ ਲੋਕ ਤਾਂ ਉਹ ਵੇਨੋ ਬਸ ਦੋ ਦੋ ਘੰਟੇ ਵੇਟ ਕਰਨ ਦੇ ਤਾਰ ਅੰਨਾ ਉਹਨਾਂ ਦੀਆਂ ਘਰ ਆਉਂਦੇ ਤਾਂ ਆਉਂਦੀਆਂ ਮੱਖਣ ਲਾਈ ਵਧੀ ਆਉਂਦੀਆਂ ਮੈਂ ਗਈ ਆ ਮੈਦੇ ਤਾਂ ਮੈਂ ਗਈ ਆ ਮੈਦੇ ਕਦੀ ਨਿਕਲੀ ਹੈ ਬਾਹਰ ਮੈਂ ਘਰ ਬੈਠੀ ਆ ਤੈਨੂੰ ਇਹ ਵੀ ਨਹੀਂ ਚੰਗਾ ਲੱਗਦਾ ਉਹਨੇ ਆਖ ਬੈਠੇ ਬੈਠੀ ਨਾ ਕਰ ਤੇ ਸਿਰ ਲਾ ਜਾ ਕੀ ਦਾ ਲੱਖ ਦੀ ਲਾਣਾ ਤੇ ਲੱਖ ਦੀ ਲਾਣਾ ਤੇ ਕੁੱਤੇ ਲੱਖ ਦੀ ਲਾਣਾ ਤੇ ਇਸ ਗੱਲ ਨੂੰ ਮੈਂ ਅੱਬਾ ਤੂੰ ਘਰ ਚ ਸ਼ਿਕਾਰ ਨੂੰ ਅੱਬਾ ਹੁਣ ਮਨਾ ਕੇ ਗੱਲ ਕਰੂ ਆਈ ਮੈਨੂੰ ਕਿ ਗੱਲ ਹੁਣ ਮੈਂ ਲਾਇਆ ਵਾ ਮੈਂ ਤੂੰ ਲਾਇਆ ਮੇਰੇ ਅਕਲ ਕੋਈ ਨੂੰ ਆਉਣਾ ਲਾਇਆ ਲਾਇਆ ਤੇਰੇ ਅੱਖ ਕੁੱਤੇ ਦਾ ਕਿਉਂ ਦੀ ਮੈਂ ਜ਼ਲੀਲ ਹੋ ਗਿਆ ਨਾ ਮੈਂ ਉਸ ਤੋਂ ਰਹਿ ਸਕਦਾ ਬਿਨਾ ਮੈਂ ਬੜੀ ਗਲਤੀ ਕਰ ਬੈਠਾ ਲਾਣਾ ਤੇ ਮਲੰਗੀ ਤੇ ਇੱਥੇ ਮੈਂ ਗਲਤੀ ਕਰ ਬੈਠਾ ਮੈਂ ਇਹਦੀ ਸੋਹਣੀ ਸਵਾਣੀ ਨੂੰ ਮੈਂ ਜ਼ਲੀਲ ਕੀਤਾ ਹੋਇਆ
ਸਲਮਾ ਹਾਂਜੀ ਬੇਟਾ ਉੱਠ ਖਲੋ ਭਾਂਡੇ ਤਾਂ ਦੋ ਚਾ ਮੇਰੀ ਭੈਣ ਲੋ ਅੱਛਾ ਭਾਂਡੇ ਤਾਂ ਮੈਂ ਦੋ ਲੈਣੀ ਹੈ ਪਹਿਲਾਂ ਮੇਰੀ ਗੱਲ ਤੂੰ ਸੁਣ ਹਾਂ ਹਾਂ ਬੋਲ ਜਿਹੜੀ ਘਰ ਮੈਂ ਤੈਨੂੰ ਗੱਲ ਕੀਤੀ ਆਈ ਵਾ ਕੀਤੀ ਬਾਉ ਡੱਬੇ ਨਾਲ ਹਾਂ ਮੈਂ ਉਹ ਗੱਲ ਕਰਿੰਦੀ ਪਈ ਹਾਂ ਮੂੰਹ ਹਾਂ ਤੇ ਉੱਤੋਂ ਆ ਗਿਆ ਪਿਓ ਤੇਰਾ ਹਾਂ ਇਸ ਵਾਸਤੇ ਮੈਂ ਗੱਲ ਕੋਈ ਨਹੀਂ ਕੀਤੀ ਤੇ ਮੈਂ ਕਰ ਲੈਂਦੀ ਹਾਂ ਤੂੰ ਪਰੇਸ਼ਾਨ ਨਾ ਮੈਂ ਤਾਂ ਆਖਿਆ ਨਾ ਮੈਨੂੂੰ ਪਤਾ ਬਚਾਈਏ ਤੁਸੀਂ ਮੈਨੂੰ ਬਸ ਰੋਕਣ ਵਾਸਤੇ ਤੁਸੀਂ ਝੂਠ ਬੋਲਦੇ ਪਏ ਹੋ ਕਿ ਤੁਹਾਡੇ ਅੱਬੇ ਨਾਲ ਮੈਂ ਗੱਲ ਕਰਨੀ ਤੁਸੀਂ ਕਰਨੀ ਕੋਈ ਨਹੀਂ ਹੈ ਮੇਰੀ ਗੱਲ ਤਾਂ ਸੁਣ ਚਾ ਤੈਨੂੰ ਪਤਾ ਨਾ ਮਲੰਗੀ ਦੀ ਤਬੀਅਤ ਦਾ ਬਹੁ ਹੋ ਛੱਦ ਬਹੁ ਬਦਤਮੀਜ਼ ਜੇ ਹੈ ਉਹਦੇ ਨਾਲ ਮੈਂ ਗੱਲ ਕਰਨ ਲੱਗੀ ਹਾਂ ਤੋ ਸਗੋਂ ਬਦਤਮੀਜ਼ ਮੇਰੇ ਨਾਲ ਸ਼ੁਰੂ ਕਰ ਮੈਂ ਮੁੜ ਕਵੜੀ ਕੇ ਅੰਦਰ ਵਗ ਗਈ ਹਾਂ ਮੋ ਤੇ ਅੱਜ ਉਸ ਨਾਲ ਮੈਂ ਲਾਜ਼ਮੀ ਗੱਲ ਕਰੇ ਸਾ ਤੋ ਪਰੇਸ਼ਾਨ ਨਾ ਅੱਜ ਮੈਂ ਅੱਛਾ ਠੀਕ ਹੈ ਵਰ ਜਾਏ ਨਹੀਂ ਤਾਂ ਮੈਂ ਉਹ ਕੰਮ ਕਰ ਲੈਣਾ ਜਿਹੜਾ ਅਲਾ ਤੂੰ ਭਾਂਡੇ ਦੋ ਜਾ ਅਸਲਾਮ ਅਲੈਕੁਮ ਅਸਲਾਮ ਅਲੈਕੁਮ ਜੀ ਹਾਲ ਹੈ ਜੀ ਕੀ ਹਾਲ ਹੈ ਠੀਕ ਹੋ ਤੁਸੀਂ ਅਸਾ ਠੀਕ ਹੈ ਹਾਂ ਠੀਕ ਹੋ ਜੀ ਸ਼ੁਕਰ ਹੈ ਅੱਲਾ ਦਾ ਇਹ ਕੀ ਹਾਲ ਬਣਾਈ ਬਣੀ ਆਪਣਾ ਗੰਦਾ ਜਿਹਾ ਘਰ ਨਹੀਂ ਜੀ ਘਰ ਤਾਂ ਘਰ ਹੀ ਹੁੰਦਾ ਮਿੱਟੀ ਚ ਰੁੱਲਾ ਆਣੀ ਹਾਂ ਜਿਹੜੀ ਰੁੱਲਦੀ ਵਧੀ ਵੇਖ ਤਾਂ ਸਹੀ ਹੈ ਤੂੰ ਮੇਰੇ ਮੁਕਦਰਾਂ ਚ ਲਿਖਿਆ ਬਸ ਮਾਂ ਪਿਓ ਕਰ ਛੱਡਿਆ ਤੁਹਾਨੂੰ ਤਾਂ ਪਤਾ ਹੈ ਦੀਆਂ ਆਉਂਦਿਆਂ ਗੁੰਗ ਦਾ ਮਾਲ ਹੈ ਤਾਂ ਬੋਲ ਨਹੀਂ ਸਕਦੀਆਂ ਤੇ ਅੱਛਾ ਹੈ ਮੇਰਾ ਘਰ ਵਾਲਾ ਬਹੁ ਅੱਛਾ ਹੈ ਮੇਰੇ ਨਾਲ ਕਦੀ ਉਸ ਤੂੰ ਆਖ ਮੋਜ ਜੋ ਮਰਜ਼ੀ ਗੱਲ ਕਰ ਬੈਠੀ ਨਾ ਪਰ ਤੇਰੇ ਜਿਹੜੀ ਹਾਲਤ ਹੈ ਨਾ ਸਾਡੇ ਕੋਲ ਬਰਦਾਸ਼ਤ ਤੂੰ ਇਹ ਹਾਂ ਤਾਂ ਨਹੀਂ ਜਿਵੇਂ ਆਈ ਹਾਂ ਪਰ ਨੀਕ ਹੈ ਕਿੱਡੀ ਸੋਹਣੀ ਆ ਤੂੰ ਐਂ ਵੇਖ ਕੇ ਸਾਰਾ ਥੇ ਹੈਰਾਨ ਹੋ ਗਿਆ ਹੈ ਤੂੰ ਤਾਂ ਪਤਾ ਹੈ ਮੁੜ ਪੇਕੇ ਘਰ ਦਾ ਤੇ ਸਾਵਰੇ ਘਰ ਦਾ ਫਰਕ ਹੁੰਦਾ ਪੇਕੇ ਘਰੇ ਲਾਡ ਕਰੀਂਦੇ ਨੇ ਇੱਥੇ ਮੁੜ ਤੁਹਾਨੂੰ ਪਤਾ ਆ ਗਿਆ ਗਾਉਂ ਹੋਇਆ ਮੁੜ ਇਸ ਵਾਸਤੇ ਥੋੜੀ ਜਿਹੀ ਇੰਦਾ ਮੈਂ ਜਦੋਂ ਇਹ ਪਰ ਨੀਕ ਆਈ ਮੈਂ ਵੇਖਿਆ ਤਾਂ ਮੈਂ ਹੈਰਾਨ ਹੋ ਗਈ ਮੈਂ ਆ ਵੇਖਿਆ ਤੁਸੀਂ ਆਪਸ ਵਿੱਚ ਕੀ ਲੱਗਦੀਆਂ ਹੋ ਅਸੀਂ ਨਾਨ ਵਰਜਾਈ ਤੁਸੀਂ ਵਰਜਾਈ ਹੋ ਇਹ ਵਰਜਾਈ ਅੱਛਾ ਉਹ ਤੁਹਾਡੀ ਭਾਬੀ ਤੁਸੀਂ ਨਾਨ ਜੀ ਹੈ ਅੱਛਾ ਮੇਰੀ ਵੀ ਨਾਨ ਹੈ ਉਹ ਦੂਸਰਾ ਸਲਮਾ ਅੱਛਾ ਸਾਡੇ ਆਪਣਾ ਨਾਨ ਨਾਨ ਵਰਜਾਈ ਦੇ ਇਤਨਾ ਪਿਆਰ ਹੈ ਜਿਹਦੇ ਵਹਿਣਾ ਰਲੇ ਵਹਿਣਾ ਸ਼ਾਦੀ ਤੁਹਾਡੀ ਹੋਈ ਹੋਈ ਤੁਹਾਨੂੰ ਤਾਂ ਕੋਈ ਨਹੀਂ ਪਤਾ ਤੁਹਾਨੂੰ ਮੈਂ ਤਾਂ ਵੇਖਿਆ ਆਈ ਤੁਹਾਡਾ ਘਰ ਵਾਲ ਤਾਂ ਬਹੁ ਕੋੜਾ ਹਾਂ ਤੇ ਮੈਂ ਆਖਾਂ ਐਡੀ ਸੋਹਣੀ ਸਜ਼ਾਦੀ ਉਹਦੇ ਨਾਲ ਕਿਤੇ ਇਸ ਦਿਹਾੜੇ ਇੱਕ ਦਿਹਾੜ ਹੀ ਨਹੀਂ ਕੱਢਣੀ ਪਰ ਇਦੋਂ ਆਪਣਾ ਹਾਲ ਹੀ ਬਣਾਈ ਬੈਠੀ ਹੁਣ ਤਾਂ ਉਸ ਦੇ ਨਾਲ ਰਲ ਕੇ ਪਤਾ ਨਹੀਂ ਕਿੱਥੇ ਕਿ ਮੈਂ ਭੁੱਖੇ ਨੰਗੇ ਦੇ ਘਰ ਆਣ ਕੇ ਤਾਂ ਬਾਹਰ ਰਹੀ ਹੈ ਤੂੰ ਵੀ ਇਹਦੂ ਵੇਖ ਨਾ ਕੋਈ ਹਾਲਤ ਘਰ ਦੇ ਇਹਦੂ ਮਿੱਟੀਆਂ 'ਚ ਰੁੱਲੀ ਵਧੀ ਹੈ ਛੋਡਾ ਜਿਹਾ ਘਰ ਵਾਲਾ ਜਲ ਗਿਆ ਹੋਈ ਤਾਂ ਕਿਵੇਂ ਪਤਾ ਨਹੀਂ ਮਾਂ ਪਿਓ ਤੇਰਾ ਵਿਸ ਗਿਆ ਉਸ ਦੁੱਤ ਉਹਦੇ ਤਾਂ ਸਪਰਿੰਗ ਹੀ ਟੁੱਟੇ ਹੋਏ ਨੇ ਉਹ ਟੁਰਦਾ ਤਾਂ ਮਲੂਮ ਦਾ ਖਚਕੇ ਆਵਦਾ ਹੱਲੇ ਆਵਦਾ ਉਹ ਜੀ ਮਿਆਦੀ ਬੁਖਾਰ ਹੋਇਆ ਹੀ ਬਚਪਨ ਵਿੱਚ ਉਹਦਾ ਅੱਬੂ ਦਾ ਸੇਂਦਾ ਪਿਆ ਤੇ ਇਸ ਵਾਸਤੇ ਉਹ ਇੰਜ ਹੋ ਗਿਆ ਠੀਕ ਹੈ ਪਰ ਆਲੀਏ ਭੈਣ ਸਾਨੂੰ ਬਹੁ ਅਰਮਾਨ ਹੈ ਤੇਰਾ ਸੱਚੀ ਗੱਲ ਅਸੀਂ ਹੈਰਾਨ ਹੋਣੀ ਆ ਵੀ ਕਦੀ ਬੂਹੇ ਚ ਬਾਹਰ ਨਹੀਂ ਉਸ ਨਿਕਲਣ ਦਿੱਤੀ ਨਾ ਕਦੀ ਆ ਨਾਲ ਸਾਡਾ ਘਰ ਤੇ ਕਦੀ ਚੱਕਰ ਹੀ ਨਾ ਉਲਾਇਆ ਇੰਨੇ ਜੀ ਪਤਾ ਕੋਈ ਨਹੀਂ ਨਾ ਮਹੱਲੇ ਦਾ ਤੇ ਇਸ ਵਾਸਤੇ ਆਈ ਗਈ ਕਾਰਨ ਤੂੰ ਬਾਹਰ ਕੋਈ ਨਿਕਲੀ ਘਰ ਕੋਈ ਅੱਛਾ ਸੋਨੀਆ ਚੱਕਰ ਲਾਇਆ ਕੋਈ ਚੱਲੀਏ ਤੇਰਾ ਬਿਰਾਮਣ ਵਾਲਾ ਉਹਨੂੰ ਰੋਟੀ ਦੇਵਣੀ ਹੈ ਹਾਂ ਠੀਕ ਹੈ ਮੁੜ ਅਸੀਂ ਚੱਲਨੀ ਆ ਬਹੁ ਆ ਕੋਈ ਚਾਹ ਪਾਣੀ ਕਰ ਨਹੀਂ ਨਹੀਂ ਮਿਹਰਬਾਨੀ ਅਸਾਂ ਤੈਨੂੰ ਮਿਲਣ ਆਈਆਂ ਸੇ ਚਾਹ ਪਾਣੀ ਨਾ ਪੀਣ ਆਈਆਂ ਠੀਕ ਹੈ ਆਪਣਾ ਖਿਆਲ ਰੱਖਿਆ ਕਰ ਤੇ ਆਪਣੀ ਕੇਅਰ ਲਾਇਆ ਕਰ ਚੱਕਰ ਅੱਛਾ ਲੱਗਾ ਤੁਹਾਨੂੰ ਮਿਲ ਕੇ ਆਈਆਂ ਗੀਆਂ ਕਰ ਸਮਝੀਆਂ ਹੀ ਤੇਰੇ ਵਾਸਤੇ ਆਏ ਅੱਛਾ ਮਿਹਰਬਾਨੀ ਜੀ ਤੁਹਾਡੀ ਗੱਲ ਤਾਂ ਤੁਸੀਂ ਸਹੀ ਕਰਿੰਦੀਆਂ ਪਈਆਂ ਮੇਰੇ ਮਾਂ ਪਿਓ ਮੇਰੇ ਬਾਰੇ ਕੀ ਸੋਚਿਆ ਜਿਹੜਾ ਵੀ ਚੰਗਾ ਹੋਵੇ ਜ਼ਿੰਦਗੀ ਤਾਂ ਮੇਰੀ ਬਰਬਾਦ ਕਰ ਚੁ ਜੇ ਸੁੱਖ ਦੀ ਦੋ ਕਦੀ ਬਹਿ ਕੇ ਪਿਆਰ ਦੀਆਂ ਗੱਲਾਂ ਨਹੀਂ ਕੀਤੀਆਂ ਰਾਜ ਨੂੰ ਕਿਸੇ ਘੈ ਵੇਖਿਆ ਉਲਟਾ ਕਾਲਾ ਦਾ ਬੈਠਾ ਜੋ ਆਖੇ ਕੀ ਹੈ ਰੋਟੀ ਕੱਪੜਾ ਜੁੱਤੀ ਸਭ ਕੁਛ ਤੈਨੂੰ ਦੇਣਾ ਅੱਲਾ ਸੋਹਣਿਆ ਤੂੰ ਵੀ ਕੋਈ ਵੇਖ ਕੇ ਜੋੜੇ ਬਣਾਏ ਕਰ ਪਤਾ ਨਹੀਂ ਇਸ ਸਵਾਣੀ ਤੂੰ ਹੀਰਾਨ ਆ ਬਈ ਜੇ ਸਿਰ ਵੇਖੋ ਨਿਕਲੀ ਹੋਈ ਹੁੰਦੀ ਏ ਘਰੇ ਤੈਨੂੰ ਟਿਕਾਣਾ ਹੀ ਨਹੀਂ ਆਉਂਦਾ ਪਿਆ ਦੂਈ ਬਹਿਣ ਮੇਰੀ ਨੂੰ ਹੀ ਨਾਲ ਆਉਣਾ ਅੱਜ ਕੱਲ੍ਹ ਅਸਲਾਮ ਅਲੈਕੁਮ ਭਾਈ ਵਾਲੇਕੁਮ ਆ ਗਏ
ਆ ਗਿਆ ਤੇ ਤੂੰ ਕਿਤੇ ਗਈ ਹੋਈ ਆ ਤੇ ਇਹਨੂੰ ਕਿਤੇ ਲੈ ਕੇ ਗਈ ਹੋਈ ਆ ਮਲੰਗੀ ਜੀਵਨ ਤੇ ਮਲੰਗੀ ਵੀ ਬੁੱਢੇ ਜਾਨ ਦਿੱਤੀਆਂ ਨੇ ਐਡੀ ਸੋਹਣੀ ਜਿੰਨਾ ਦਿੱਤੀ ਹੈ ਨਾ ਉਨਾ ਹੀ ਦੀ ਗਾਲੀ ਹੈ ਮੋਨਨ ਕੋਈ ਨਾ ਪਤਾ ਬਈ ਹੋ ਜਾ ਗਬਰੂ ਹੈ ਬੜਾ ਮੈਨ ਤਰਮਾਨ ਲੱਗਾ ਤਾਂ ਹੀ ਮੈਂ ਆ ਕੇ ਇਹਨੂੰ ਸੋਹਣੀ ਦੇ ਮੂੰਹ ਲੀਰ ਆਉਂਦੀ ਹੈ ਇਹਨਾਂ ਦੀ ਤਬੀਅਤ ਤੇ ਤੇ ਉਹ ਚੁਹਰ ਕੀ ਹੋ ਜਾਈ ਹੈ ਐਡੀ ਕੋ ਸੋਹਣੀ ਹੈ ਹਲਾ ਬਹੁਤ ਸੋਹਣੀ ਆ ਜੇ ਤਨ ਇਨਸਾਨ ਹੋ ਗਏ ਪਰ ਨਹੀਂ ਕਹ ਤੋ ਸਾਂ ਨਿਕਲ ਲੱਗਦਾ ਟੱਪ ਜੋ ਕਦੀ ਵੇਖੀ ਨਹੀਂ ਮੈਂ ਤੈਨ ਪਤਾ ਮੈਂ ਨਹੀਂ ਉਹਦੇ ਚਸਕੇ ਨਹੀਂ ਮਿਲਾ ਤੇ ਬੂਆ ਤੇ ਆ ਪਰ ਜਾਈ ਮੈਂ ਆਖਿਆ ਵੇ ਚੱਲ ਜੜ ਸਾ ਮੇਲਾ ਵੀ ਵੇ ਚੱਲ ਵੇਖ ਆਪਣੇ ਰੋਲਿਆਂ ਚ ਪਈਆਂ ਕਰੋ ਪ੍ਰਾਇ ਰੋਲਿਆਂ ਨਾ ਪਈਆਂ ਕਰੋ ਪਤਾ ਨਹੀਂ ਤੁਹਾਨੂੰ ਕੀ ਰੋਲਾ ਸੌਣ ਕੇ ਕੀਤਾ ਉਹਨੇ ਗਈਆਂ ਆਸ ਸਾਰੇ ਦਿਵਾਲ ਤੇ ਘਾਰੀ ਤੈਨ ਪਤਾ ਉਹਦੇ ਕੰਮ ਤੇ ਮਾਂ ਦੇ ਮਾਂ ਪਿਓ ਦੀ ਜਿਹੜਾ ਹੈ ਸੋਚ ਹੈ ਮੋੜ ਨਾ ਹੁੰਦੇ ਗੱਲ ਪਾ ਅੱਛਾ ਟੋਰਾ ਪਾ ਪਾਣੀ ਭਰ ਲਵੀਏ ਹਾਂ ਹਾਂ ਚਲੋ ਮੈਨੂੰ ਵੀ ਗੋਟ ਦੀ ਵਿਆਹ ਪਾਣੀ ਬਾਹਰ ਕੇ ਠੱਡਾ ਜਿਹੜਾ ਮੋਟਰ ਚੱਲੀ ਹੋਈ ਨੇ ਏਡੀ ਸੋਹਣੀ ਸਵਾਣੀ ਹੈ ਇੱਕ ਵਾਰੀ ਤਾਂ ਵੇਖ ਲਵੀਏ ਵਿੰਦ ਤਾਂ ਐ ਵੀ ਕਿਹੋ ਜਿਹੀ ਸਵਾਣੀ ਹੈ ਭਾਈ ਮਲੰਗੀ ਦੀ ਸਲਮਾ ਹਾਂ ਜੀ ਬਜਾ ਉਹ ਪਤਾ ਕਰੇ ਨਾ ਬਾਹਰ ਕੋਈ ਆਇਆ ਪਤਾ ਕਰ ਕੌਣ ਹੈ ਵੈਨ ਚੋਰੀ ਸਾਹਿਬ ਵੱਲੋਂ ਹੁਕਮ ਆਇਆ ਜੀ ਕਿਹੜੀ ਹੈ ਨਾ ਮਨਵਾਰ ਉਹ ਚੁਗਿੰਦੀ ਪਈ ਹੈ ਤੇ ਉਹ ਆ ਜਾਓ ਸਾਰੇ ਚਾਚੀ ਹੋਰੀ ਵਧੇ ਕੋਈ ਤੇ ਮੇਰਾ ਘਰ ਵਾਲਾ ਮਲੰਗੀ ਵੀ ਆਂਦੇ ਅੰਦਰ ਮੁੜ ਪੁੱਛ ਕੇ ਚਲੋ ਸਲਾਹ ਸਲਾਹ ਕਿਹੜੀ ਕਰਨੀ ਚੋਰੀ ਵਾਲੇ ਦਾ ਹੁਕਮ ਆਇਆ ਉਹਨਾਂ ਦੇ ਹੁਕਮ ਤੁਸੀਂ ਠੀਕ ਹੈ ਜੀ ਜ਼ਰੂਰ ਤੇ ਪਾਣੀ ਬੰਦਾ ਪੁੱਛ ਲੈਂਦਾ ਹੈ ਪਾਣੀ ਦਾ ਬਸ ਕਿਤੇ ਤੁਸੀਂ ਜੀ ਮੈਂ ਉਹਨਾਂ ਦਾ ਮੁੰਸ਼ੀ ਆ ਤੇ ਤੁਸੀਂ ਉਹ ਹੋ ਆ ਜਿਹੜੇ ਮਲੰਗੀ ਸ਼ਾਦੀ ਕਰਕੇ ਆਇਆ ਜੀ ਮੈਂ ਮਲੰਗੀ ਦੀ ਘਰ ਤੇ ਓਏ ਮਾਸ਼ਾਅੱਲਾ ਹਾਂ ਮਾਸ਼ਾਅੱਲਾ ਰੱਬ ਵੀ ਕਿਸੇ ਸੋਚ ਵੀ ਦੇ ਸਕਦਾ ਹੈ ਇਸ ਤੋਂ ਮੈਂ ਕੁਦਰਤ ਕਦੀ ਕਦੀ ਹੋ ਜਾਏ ਜਦੋਂ ਵਾਕਿਆ ਤੋਂ ਮੈਂ ਬੜਾ ਹੈਰਾਨ ਹੁੰਦਾ ਜੀ ਤੇ ਤੁਸੀਂ ਟਾਈਮ ਨਾਲ ਵਿਆਹ ਤੁਹਾਡੇ ਕਾਰਨ ਸਪੈਸ਼ਲ ਪੈਕੇਜ ਬਣਵਾ ਦੇ ਸਾਂ ਮੈਂ ਸਪੈਸ਼ਲ ਪੈਕੇਜ ਉਹ ਤੁਹਾਨੂੰ ਸਮਝ ਲੱਗ ਜਾ ਸੀਗੀ ਉਂਝ ਰੇਟ ਚੱਲਦਾ ਪਿਆ 10 ਰੁਪਏ ਕਿਲੋ ਦਾ ਜੀ ਹਾਂ ਤੁਹਾਨੂੰ 12 ਲਾ ਦੇ ਸਾਂ ਠੀਕ ਹੈ ਬਾਕੀ ਵਜ਼ਨ ਵੀ ਉੱਤਾ ਇੱਥੇ ਕਰ ਲਈ ਸਾਂ ਉਹ ਚੋਦ ਗਿਆ ਮੇਰੇ ਜਿਵੇਂ ਸਾਰਾ ਲਾਇਆ ਹੈ ਠੀਕ ਹੈ ਜੀ ਮਿਹਰਬਾਨੀ ਜੀ ਸਲਾਮ ਅਲੈਕੁਮ ਜੀ ਵਾਲੇਕੁਮ ਸ਼ੇਰ ਕੋਈ ਨੀ ਪਤਾ ਨਹੀਂ ਜੀ ਗੱਲ ਸੁਣੋ ਬਣਵਾ ਰਿਹਾ ਚੁਗਿੰਦਾ ਪਿਆ ਚੌਧਰੀ ਹੁਕਮ ਆਇਆ ਸਾਰਿਆਂ ਸਾਧ ਲਿਆ 10 ਰੁਪਏ ਸਾਹਿਬ ਤੁਹਾਡਾ ਰੁਪਈਆ ਖਾਨ ਮੈਂ ਬਰਦਾਸ਼ਤ ਸਾਂ ਪਰ ਮੇਰੀ ਇੱਕ ਸ਼ਰਤ ਨੇ ਮਲੰਗੀ ਦੀ ਸਵਾਣੀ ਨੂੰ ਅੱਛਾ ਮਲੰਗੀ ਦੀ ਸਵਾਣੀ ਨੂੰ
ਉਹ ਕਿਦੇ ਆਉਂਦੀ ਹੈ ਜੇ ਤੁਹਾਨੂੰ ਪਤਾ ਹੈ ਉਸ ਕਦੇ ਨਹੀਂ ਘਰੋਂ ਬਾਹਰ ਕਦੇ ਬੁੱਢਾ ਕੁੱਤਾ ਚਮੜੇ ਹੋਏ ਹੁੰਦਾ ਘਰੇ ਸੋਨੀਆ ਤੇਰੇ ਦਤਾਲਾਂ ਦਾ ਮੈਨੂੰ ਪਤਾ ਹੈ ਸਾਰੀ ਜ਼ਿੰਦਗੀ ਦਾ ਨਹੀਂ ਹੁੰਦੀ ਜੋ ਮੇਰੇ ਘਰ ਤਾਂ ਕਦੇ ਨਹੀਂ ਆ ਨਾ ਸਾਡਾ ਕੱਦ ਨਾ ਘਰ ਕਦੇ ਮੈਨੂੰ ਨਹੀਂ ਪਤਾ ਰੁਪਈਆ ਆਖਿਆ ਹੋ ਮੈਂ 2 ਰੁਪਏ ਫਾਇਦਾ ਅੱਛਾ ਚਲੋ ਟਰਾਈ ਕਰੇ ਸਾਂ ਕੋਸ਼ਿਸ਼ ਕਰੇ ਸਾਂ ਨੂੰ ਲਾਜ਼ਮ ਲੈਵੇ ਤੇ ਜਲਦੀ ਵੇ ਚੋਰੀ ਕਰਦਾ ਪਿਆ ਅੱਛਾ ਚਲੋ ਠੀਕ ਹੈ ਚੰਗਾ ਹੈ ਠੀਕ ਹੈ ਭਾਈ ਤੇ ਹੋਰ ਮੁਣੇ ਆਵਣਾ ਅੱਛਾ ਅੱਛਾ ਗੱਲ ਸੁਣ ਮੇਰੀ ਚਾਦਰ ਚੁਦਰ ਚਾਹ ਲਾਂਗੀ ਜੋ ਮੈਂ ਵੀ ਝੋਲੀ ਕਰਨੀ ਹੈ ਸਲਮਾ ਕੀ ਕਰਦੀ ਪਈ ਏ ਚਲੀਏ ਤੇਰੇ ਮਗਰ ਇਤਨਾ ਦੇਹ ਚਾੜ ਗਈ ਆ ਤੇ ਮੈਂ ਕਿਹਾ ਮੈਂ ਆਲੀਆਂ ਲੈ ਕੇ ਬਈ ਸਾਂ ਉਹ ਤਾਂ ਠੀਕ ਹੈ ਲੇਕਿਨ ਮੈਂ ਉਹ ਯਾਰ ਆ ਜਾਣਾ ਚੱਲੇ ਰਲੇ ਰਲੇ ਹੱਸਦੇ ਹੱਸਦੇ ਦੇ ਗੁਜ਼ਰ ਜਾਂਦੇ ਨਾਲੇ ਮੁਨਸ਼ੀ ਜਿਹੜਾ ਨਾ ਬਰਜਾਈ ਮੇਰੀ ਪੈਦੀ ਬਹੁਤ ਚੰਗਾ ਤੇ ਨਾਲੇ ਕੋਈ ਜਿਹੜਾ ਸਾਥ ਸਾਨੂੰ ਹੀ ਵਾਲੀ ਤੇਰੇ ਜਾਵਣ ਨਾਲ ਕੋਈ ਸਾਡਾ ਹੀ ਭਲਾ ਹੋਵੇ ਸੀ ਸਾਨੂੰ ਕੋਈ ਵਾਲੀ ਚਲੋ ਤਰਾ ਚਾਰ ਆ ਗਏ ਰਾਲ ਤੇ ਲੱਗੀ ਵੀ ਸਾਂ ਉਹ ਅੱਗੇ ਆਇਆ ਤਾਂ ਹੈ ਆ ਕੀ ਹੈ ਪਰ ਮੈਂ ਚਾਚੀ ਹੋਰਾਂ ਦਾ ਇੰਤਜ਼ਾਰ ਕਰ ਰਹੀ ਜਿੱਤਾਂ ਤਾਈ ਕੋਈ ਆਵੇਂ ਨਹੀਂ ਨਾ ਉਹ ਕਿਤੇ ਗਏ ਹੋਏ ਆ ਨਹੀਂ ਗਏ ਚਾਚਾ ਆ ਗਿਆ ਅੱਛਾ ਚਾਚਾ ਲੰਗੀ ਕਿਦੇ ਸਵਾਣੀ ਜਿੰਦੀ ਆਈ ਉਹ ਕਰਮਾਲੀ ਜਾਂਦੀ ਆਈ ਤੇ ਉਹ ਚੁਗਦੀ ਆਈ ਅਸਾਂ ਇਹ ਰਿਵਾਜ ਕੋਈ ਨੂੰ ਗੱਤੋ ਆ ਬਣਾ ਚੋਰੀ ਹੋਣ ਸਵਾਣੀ ਤੇਰੀ ਮਾਰ ਗਈ ਹੁਣ ਨਾ ਹੋਵੇ ਤਾਂ ਆਈ ਨਾ ਘਰ ਦੀ ਮਾਲਕ ਨਹੀਂ ਚਾਚਾ ਆਲੀ ਸਾਰਾ ਦੇ ਪਰੇਸ਼ਾਨ ਰਹਿੰਦੀ ਹੈ ਸਾਰੀ ਵਾਰ ਅੰਦਰ ਪਈ ਰਹਿੰਦੀ ਨਾ ਕੋਈ ਬਾਹਰ ਨਹੀਂ ਕਦੇ ਸੀ ਤੇ ਚੋਰੀ ਸੀ ਤੇਰੇ ਸਾਡੇ ਨਾਲ ਚਲੋ ਗੱਪਾਂ ਛੱਪਾਂ ਜਾ ਦਸਾਂ ਤੁਹਾਨੂੰ ਨਹੀਂ ਪਤਾ ਔਰਤ ਹੁੰਦੀ ਹੈ ਘਰ ਦੀ ਸੀਨਾ ਤੋਂ ਇਹ ਘਰ ਦੇ ਕੰਮ ਕਰਨ ਦੇ ਸੋਹਣੇ ਲੱਗਦੀ ਔਰਤ ਉਹ ਚਾਚਾ ਗਾਹ ਦੇ ਵੀ ਸਾਰੇ ਦੀਵਾਰ ਸ਼ਾਦੀ ਘਰੇ ਪਏ ਤੂੰ ਹਾਲ ਵੇਖੋ ਨਾ ਉਹਦਾ ਕਿਵੇਂ ਮਲੰਗੀ ਦੇ ਘਰ ਤੋਂ ਪਰਨਾਂ ਆਉਂਦੀ ਆ ਅਸਾਂ ਇੱਥੇ ਨਾਲ ਦੀ ਅਸੀਂ ਚੋਰੀ ਸਿੱਧਰੀਆਂ ਗੱਪਾਂ ਲੈਂਦੀਆਂ ਸੀ ਵਾਪਸ ਆ ਵੀ ਸਾਂ ਹੁਣੇ ਉਹਨੂੰ ਟਾਈਫਾਈਡ ਹੋਇਆ ਆਈ ਚੰਗਾ ਭਲਾ ਮੋਟਾ ਡੱਟਾ ਆਈ ਮਲੰਗੀ ਇਹਨੇ ਨਾ ਸਮਝੋ ਕਿਵੇਂ ਮਲੰਗੀ ਨਾਲ ਨਹੀਂ ਨਹੀਂ ਉਹ ਚਾਚਾ ਇਹ ਬੜਾ ਨਾ ਛੌੜਿਆ ਤਬੀਅਤ ਐ ਸੇ ਚਾਲ ਤੂੰ ਗਾਲ ਦੇ ਚਾਚਾ ਚੰਗਾ ਚਾਚਾ ਨਾ ਇਹ ਅਸੀਂ ਨਾਲ ਨਾਲ ਲਾ ਕੇ ਲਾਇਆ ਉਸ ਸਾਹ ਮੇਰੇ ਪੁੱਤ ਨੂੰ ਨਿੰਦਿਆ ਨਾ ਕਰੋ ਉਹਨੂੰ ਟਾਈਫਾਈਡ ਆਈ ਤੇ ਉਹਨੂੰ ਸ਼ੀਸ਼ੇ ਗੱਤਿਆ ਨੇ ਸ਼ੀਸ਼ਾ ਸੌੜਾ ਇਸ ਗੱਲੋਂ ਅਹੀਂ ਹੋ ਗਿਆ ਅੱਛਾ ਚਾਚਾ ਤੂੰ ਹਾਲਾ ਚਾਚਾ ਹੁਣ ਮਿਹਰਬਾਨੀ ਕਰ ਚਾਚਾ ਤੇਰੀ ਮਿਹਨਤ ਕਰਨੀ ਹੈ ਲਾ ਕੇ ਬੰਦੇ ਹਾਲਾ ਛੋਰੇ ਭਾਗ ਜਾਵੀਂ ਚਾਚੂ ਮਲੰਗੀ ਤਾਂ ਜੇ ਆਇਆ ਕੋਈ ਨਹੀਂ ਤੇ ਮੈਂ ਮੁੜ ਕਿਵੇਂ ਜਾਵਾਂ ਤੂੰ ਵਗ ਜਾਵੀਂ ਜੇ ਅਗਰ ਮਲੰਗੀ ਆਵੇ ਚਲੋ ਮੈਂ ਤੇਰੇ ਨਾਲ ਨੂੰ ਲਾ ਜੇ ਤੈਨੂੰ ਟੱਕਰ ਵੀ ਜਾਵੇ ਰਾਜ ਕਿਦਾਂ ਜੇ ਟੱਕਰ ਜਾਂਦਾ ਉਹ ਕਿਵੇਂ ਜਾਂਦੀ ਪਈ ਉਹਨੂੰ ਮੇਰਾ ਨਾਂ ਲਈ ਆਖ ਮੈਨੂੰ ਪਿਓ ਕਰ ਲਿਆ ਚਲੋ ਠੀਕ ਆ ਜਾ ਸਲਮਾ ਆ ਜਾ ਚਲੀਏ ਮੋੜ ਕਪੜੇ ਨਹੀਂ ਕੋਈ ਚਾਦਰਾਂ ਚੂਦਰਾਂ ਚਾ ਲਵੇ ਆਏ ਵਾਲ ਤਾਂ ਮੈਂ ਨੰਦਾ ਕੋਈ ਨਹੀਂ ਕੀ ਫਾਇਦਾ ਤੈਨੂੰ ਨਾ ਵਾਲਾ ਤੂੰ ਖਰੋਤੀ ਨੇ ਤਾਂ ਬੜਾ ਕੋਈ ਢੀ ਵਈ ਸੀ ਸਵਾਣੀ ਮੇਰੀ ਕਿਦੇ ਵੰਡਵਾੜ ਚੁਗਣ ਗਈ ਏ ਉਹ ਮੈਂ ਨਾਵਣਾ ਆਈ ਤੇ ਕਪੜੇ ਉਹ ਨਖਣੇ ਨਾਲ ਘੜ ਦੇ ਕਪੜੇ ਹੁਣ ਵੰਡਵਾੜ ਚੁਗਣ ਗਈ ਏ ਮੈਂ ਵੰਡਵਾੜ ਜੋ ਕਾਇ ਆਖਿਆ ਜਾ ਕਬੜਿੰਦਾ ਕਿਉਂ ਚਲੋ ਤੂੰ ਮੇਰੀ ਰੜੀ ਕੱਢੀ ਹੋਈ ਏ ਮੈਂ ਕੰਜੋਰਾ ਮੈਂ ਇਸ ਘਰੇ ਚ ਨਹੀਂ ਰਹਿਣਾ ਸਵਾਣੀ ਮੇਰੀ ਬਾਹਰ ਚ ਖੜੀ ਗਈ ਛੋ ਉਹ ਗਵਾਠਣੀ ਆ ਗਈ ਇਹਨੂੰ ਨਾ ਮਿਹਨਤ ਚ ਕੀਤੀ ਏ ਉਹ ਗਵਾਠਣੀ ਦਾ ਸੀ ਕੀ ਲੱਗਨੇ ਆ ਸ਼ਰੀਕ ਸ਼ਰੀਕ ਹੁੰਦੇ ਸੋਹਣੀ ਸੁਣਕਣੀ ਮੇਰੀ ਸਵਾਣੀ ਏ ਤੇ ਉਹ ਤੂੰ ਤੇ ਗੱਲ ਛੋੜੀ ਜਾ ਫੁੱਟੀ ਚੁਣੇ ਉਹ ਮੇਰਾ ਪੁੱਤਰ ਗੱਲ ਸੁਣੋ ਗਵਾਡਣੀ ਚੇਰੀ ਆਈ ਮਿਹਨਤ ਤਰਲਾ ਉਹਨਾਂ ਕੀਤਾ ਮਿਹਨਤ ਤਰਲਾ ਉਹ
ਕਿਹੜਾ ਮਿਨਟ ਤਰਲਾ ਕੀਤੇ ਨੇ ਹੁਣ ਮੈਂ ਕੱਪੜੇ ਕੌਣ ਇਸਤਰੀ ਕਰ ਦੇਵੇ ਜਾਂ ਦੋ ਕੌਣ ਦੇਵੇ ਮੈਂ ਜਾਵਣ ਆਇਸ਼ਾ ਤੇ ਨਾਲੇ ਆ ਤੇ ਮੁਨਸ਼ੀ ਜਿਹੜਾ ਨਾ ਮੁਨਸ਼ੀ ਇਹ ਬੜਾ ਚੰਗਾ ਚਲੋ ਕਈ ਬਲਾਂ ਤਾਂ ਲੈ ਅੱਬਾ ਉਹ ਕੋਈ ਨੂੰ ਚੰਗਾ ਖੁਦਾ ਦਾ ਨਾ ਮੈਂ ਉਹਦੀ ਆਦਤਾਂ ਜਾਣਨਾ ਮੁਨਸ਼ੀ ਦੀ ਉਹਦੀ ਆਦਤਾਂ ਤੂੰ ਕਿਵੇਂ ਜਾਣਨਾ ਉਹ ਮੈਂ ਤੈਨੂੰ ਦੱਸੇ ਨਾ ਹਾਂ ਜਿਹੜੇ ਹੁੰਦੇ ਨਾ ਮਾਲਕ ਮਾਲਕਾਂ ਦੇ ਕੁੱਤੇ ਗੰਦੇ ਹੁੰਦੇ ਨੇ ਮਾਲਕ ਚੰਗੇ ਹੁੰਦੇ ਚਲੋ ਤੂੰ ਆਜਾ ਪਿਆ ਮੇਰਾ ਪੁੱਤਰ ਚਲੋ ਮੈਂ ਆ ਗਲਤੀ ਕੀਤੀ ਅਸੀਂ ਮੈਨੂੰ ਮੁਨਸ਼ੀ ਨੂੰ ਚੰਗਾ ਲੱਗਦਾ ਬਾਬਾ ਚਲੋ ਤੈਨੂੰ ਤਾਂ ਇਹਨਾਂ ਜੇ ਸਰ ਇੱਥੇ ਵਾਲ ਪਈ ਜੇ ਸਰ ਮੈਂ ਕਿਤਨੇ ਲੁਚਰੀਓੜ ਮੋੜ ਤਾਂ ਨਹੀਂ ਸੋ ਰਾਜ ਸੀ ਉਹ ਨਹੀਂ ਨਹੀਂ ਹੁਣ ਮੈਂ ਆਪੇ ਸਮਝਾ ਰਿਹਾ ਸਾਂ ਤੈਨੂੰ ਪਤਾ ਲੱਗਦਾ ਸੀ ਜੇ ਤੇਰੇ ਤੋਂ ਮੈਂ ਜੰਭੀ ਨਾ ਚੰਗੀ ਮੋੜ ਤੈਨੂੰ ਪਤਾ ਲੱਗ ਯਾਰ ਮੁਨਸ਼ੀ ਬੰਦਾ ਤਾਂ ਮੈਨੂੰ ਚੰਗਾ ਮਲੂਮ ਹੁੰਦਾ ਹਾਂ ਸਹੀ ਬਪਿੱਛਾ ਉਹ ਯਾਰ ਮੁਨਸ਼ੀ ਚੰਗਾ ਹੈ ਇਹ ਐਵੇਂ ਮੇਰਾ ਪੁੱਤਰ ਹੋਇਆ ਤਾਂ ਹੈ ਕਬੜੀ ਹੀ ਜਾਂਦਾ ਮੈਂ ਅਕਸਰ ਉਹਨੂੰ ਆਖੀ ਕੁਝ ਨਾ ਹੁਣ ਉਹਨੂੰ ਮੈਂ ਅੱਜ ਗੱਲਿਆ ਨਾਲ ਨਾਲ ਸਾਰੇ ਹੇਠ ਵਿੱਚ ਸੋਹਣੀ ਤਰ੍ਹਾਂ ਕਰਕੇ ਮੇਰੇ ਮੰਗਾ ਚੋਣ ਇੱਥੇ ਨਿਓ ਕੇ ਇੱਥੇ ਕੋਈ ਥੱਲੇ ਡੋਡਾ ਨਾ ਰਾਏ ਜਾਵੇ ਮੁੜ ਜੱਟ ਨੂੰ ਅਗਲੇ ਗਿਲਾ ਨਾ ਕਰਨ ਕੇ ਤਾਂ ਆਪਣੇ ਘਰ ਜਦੋਂ ਸਫਾਈ ਕੀਤੀ ਹਾਂ ਸੋਹਣੀ ਤਰ੍ਹਾਂ ਸਫਾਈ ਗੋਪੀ ਬਹੁ ਝੜ ਗਈ ਹੈ ਜਲਦੀ ਕਰ ਲਓ ਫੋਨ ਕਰਾਂ ਕਿ ਸਾਹਿਲ ਦੇ ਕਿਉਂਕਿ ਰਾਤ ਨੂੰ ਨਹੀਂ ਰਹੇ ਅੱਬਾ ਤਾਂ ਬਾਹੂ ਆਉਣਾ ਹਾਂ ਇਹ ਤਾਂ ਸਾਧ ਲੈਂਦੇ ਹਾਂ ਇਹ ਤਾਂ ਗੱਲ ਤੇਰੀ ਠੀਕ ਹੈ ਚਲੋ ਤੂੰ ਇੰਝ ਕਰ ਉਹਨੂੰ ਵੀ ਪਿੱਛੋਂ ਮਲੰਗੀ ਆ ਜਾਵੇ ਜਾਂ ਤੇਰਾ ਪਿਓ ਤੂੰ ਉਹਨਾਂ ਆਖ ਪੰਜਾਂ ਮਿੰਟਾਂ ਤੋਂ ਪਹਿਲਾਂ ਇੱਥੇ ਆਵੇ ਅਤੇ ਆਖ ਮੇਰੀ ਭਰਜਾਈ ਤੇ ਮਿਲਣਾ ਚਾਹੁੰਦੀ ਤੇਰੇ ਨਾਲ ਗੱਲ ਕਰਨਾ ਚਾਹੁੰਦੀ ਠੀਕ ਹੈ ਮੈਂ ਗੱਲ ਕਰ ਹਾਂ ਠੀਕ ਹੈ ਜਲਦੀ ਕਰ ਹੁਣ ਸੱਤ ਭਰਜਾਈ ਆਖਿਆ ਤੂੰ ਫੋਨ ਕਰ ਲਾ ਮੈਂ ਕਰ ਲੈਂਦੀ ਹਾਂ ਫੋਨ ਹੈਲੋ ਅਸਲਾਮ ਵਾਲੇਕੁਮ ਵਾਲੇਕੁਮ ਅਸਲਾਮ ਸਾਹਿਲ ਹਾਂਜੀ ਅੱਛਾ ਸਾਹਿਲ ਮੈਂ ਤੈਨੂੰ ਗੱਲ ਕੀਤੀ ਹੈ ਵੀ ਮੇਰੀ ਭਾਬੀ ਤੈਨੂੰ ਵੇਖਣਾ ਚਾਹੁੰਦੀ ਹੈ ਤਾਂ ਆ ਜਾਵੇਂ ਅੱਜ ਦੇ ਸਾਂ 34 ਮੁਰੱਬਾ ਬਨਵਾੜ ਚੁੰਦੀਆਂ ਵਾਲੀਆਂ ਕਿਤੇ ਉਹ ਪਰਾਂ ਜਿੱਥੇ ਵਨਵਾੜ ਲੱਗੀ ਹੋਈ ਹੈ ਸਾਰੀ ਹਾਂ 34 ਮੁਰੱਬਾ ਜਿਹੜਾ ਪੀ ਆ ਵੇਖੀ ਯਾਰ ਕਿਤੇ ਬਰਜਾਈ ਫਾੜ ਕੇ ਫਾਟੀ ਨਾ ਖਲੀ ਹੋਵੇ ਨਹੀਂ ਫਟੇਂਦੀ ਸਾਹਿਬ ਮੈਨੇ ਆਖਿਆ ਤੂੰ ਗੰ ਸਾਧ ਲੈ ਮੈਂ ਵੇਖ ਲਈ ਸਭ ਵਿੱਚ ਹੋਰ ਕੀ ਹੋ ਜੀ ਹੈ ਤੂੰ ਆ ਜਾ ਨਾ ਡਰ ਨਾ ਤੂੰ ਆ ਵੇਖ ਲਈ ਤੇਰੇ ਅਤਬਾਰ ਤੇ ਨੰਦਾ ਪਿਆ ਹਾਂ ਆ ਜਾ ਅੱਗੇ ਮੈਂ ਕਦੀ ਤੈਨੂੰ ਕੋਈ ਧੋਖਾ ਦਿੱਤਾ ਚਲੋ ਸਹੀ ਮਿੱਠੀ ਬੋਲ ਗਵਾਜਣੀ ਨਾਲ ਵਧੀਆ ਨੂੰ ਸੁਣਦੀਆਂ ਪਈਆਂ ਨਾ ਅਕਸੇ ਨਿੱਕੀਆਂ ਫੋਨਾਂ ਪਈਆਂ ਆਉਂਦੀਆਂ ਹੇਠਾਂ ਬਾਹ ਕੇ ਗੱਲ ਕਰ ਹੈਲੋ ਹਾਂ ਕੀ ਆ ਤੇ ਕੀ ਸ਼ੋਰ ਆਈ ਕੋਈ ਨਹੀਂ ਬਰਜਾਈ ਆ ਗਈ ਜੀ ਮਿੱਠੀ ਗੱਲ ਕਰ ਵੀ ਗਵਾਜਣੀ ਆਉਂਦੀਆਂ ਰੱਲੇ ਬਨਵਾੜ ਚੁਣਦੀਆਂ ਅੱਛਾ ਅੱਛਾ ਤਾਂ ਪਾਰੋਂ ਅੱਛਾ ਹੁਣ ਤੂੰ ਆ ਜਾ ਬਸ ਹੈ ਚਲੋ ਸਹੀ ਹੈ ਮੈਂ ਆਉਣਾ ਥੋੜੀ ਦੇਰ ਤੱਕ ਆ ਜਾ ਜਲਦੀ ਆ ਹੀ ਵਾਤਾ ਸਜਾਵਣਾ ਹੀ ਹੈ ਘਰ ਸਹੀ ਹੋ ਗਿਆ ਮੈਂ ਠੀਕ ਹੈ ਅੱਲਾ ਹਾਫਿਜ਼ ਓਕੇ ਬਾਏ ਬਾਏ ਸਾਹਿਲ ਨਹੀਂ ਪੀ ਆਉਂਦਾ ਅੱਲਾ ਕਰੇ ਕੰਮ ਬਣ ਜਾਵੇ ਸਾਦੀ ਤਾਂ ਮੈਂ ਕਰਕੇ ਰੱਖਾਂ ਜਾਵਾਂ ਬਨਵਾੜ ਚੋਣ ਲਾ ਜਲਦੀ ਜਲਦੀ ਹੋ ਜਾਵਾਂ ਨਾਲ ਲਾ ਨਹੀਂ ਗਿਆ ਮੇਰੀ ਬਣ ਚੋਣੀ ਕੰਮ ਨੀ ਆਉਣ ਕੇ ਹੋਰ ਕਿਹਦੇ ਬਣੀ ਹੈ ਚਲੋ ਠੀਕ ਅਸੀਂ ਚੁਣ ਲੈਣੀ ਆ
शकल सूरत माशाल्लाह सोहना लगता पिया ते ए मेनु दसो अच्छा मेरा वीरा गल ये तेन पता है कि माँ प्यो की इज्जत से जायदाद की अद्धियां आंदियां है अगर दी दे नाल कोई नफा नुकसान हो जाए तो माँ प्यो की केड़ियाँ इज्जत तो केड़ियाँ जायदादों के क्योंकि गरीब के कोल इज्जत तो सब कुछ है अमीरन तो मेरा वीरा अपना नाज आंदा है अपने रुपये का अपनी जमीन का तो जो ना गरीब बंदा सब कुछ धी आ गल मैं तेरे नाल गल करनी हाई एक तो मेरिया वधिया गवाढ़नी पर उन्होंने पता लग गया तू ना साढ़े घर हूने दस छड़ना मैं तेरे नाल गल ये करनी आई भाई ये आदि वधी है साहिल मेरे नाल शादी करना चाहता है जी मैं कितने बार आके आदि नस जावी है मैं अच्छा। आख्या नहीं नस कि नहीं शादी करनी माँ प्यो माँ प्यो मना के ता शादी करनी कमली हो ये समझ ही नहीं आती पई है आदि मैं नस जावना मैं अगले दिन थोड़ी फोन सुन लिया गल करें तुम यह आदि बैठी आके मैं नस जावना गल ये मेरा भीरा अगर है ना तेन शौक हो तो तू कि भी जिगरा करके ना तो अपने माँ प्यो या भैन बिरा के है ही ना उन्होंने गल लो ठीक है तो वह आ रिश्ता मंगे मैं मुड़बुन गल करेना तो बुरन करेना हाँ ठीक है उन्होंने गल मेरा बिरा तो मैं जड़ा ना इस प्यो ना गल करेनी हाँ तो तू चंगा बिरा भी है पुत्रा जेडा भी है तो समझ छोटे बिरा पुत्र आते तू ये गल मेरी दी लाज रखी नसन आला ते नसावन आला कदम ना नहीं जी मैं कितने दिन दी आखरी है मैं नु नहीं नसाया मैं के सबर कर बे हर शे सेट हो जासी ते मन जासन कर दे अच्छा इसे गल दे इंतजार ही कर रहा हूं मैं के बस मेरा बिरा आ मेरी मीना तई ए भरोसा रखी कोई गल नहीं तू इनु लाए के नसी नहीं साडी ते लत्ती हाथ नहीं शादी करके ला भाई ठीक है मैं ए प्यो ते बिरा ना हुन फाइनल करके ना मुड़ तो अंदर से सा आने आलिया किदे गई हो तू निकल जा चुप करके निकल जा चुप करके हेठ बैठ हो के निकल जा नहीं नहीं पानी पीवण में आ रही हां से आ पानी पींदिया पईयां से आंदिया पी तो बहुत पानी का मरका ले आई कलमा मोक गया आंख मोक गई मोक गई है शादी थाने मोक गई है अल्लाह करे मोक गई है तो मैं के मोक गई है वो बोगी थे आप जोगी अपना ओज भर लिए ने दोवें चले आवे आ घरों काम हो जा ਜਾ ਸ਼ਾਮ ਨੂੰ ਸਾਨੂੰ ਦਿਹਾੜੀ ਚੰਗੀ ਚਾਹੀਦੀ ਹੈ ਬੇਫਿਕਰ ਹੋ ਜਾਈ ਦੇਵਾਂ ਨਾ ਦੇਵੇਂ ਕਰਕੇ ਚਲੋ ਠੀਕ ਹੈ ਰੇੜੇ ਹੋਵੇਂ ਨਾ ਜੀ ਔਰ ਅੱਗਾ ਕੀ ਹੋ ਗਈ ਕਬਰੀ ਨਹੀਂ ਸਮੇਂ ਜਿਹੜੇ ਛੋਦੇ ਛੋਰੀ ਸਾਹਿਬ ਹੈ ਨਾ ਜਿਨਾਂ ਦੀ ਹੈ ਜੀ ਸਮਝ ਮੈਂ ਆਪ ਖਲੋਤਾ ਮੈਂ ਉਹਨਾਂ ਦਾ ਮੁੰਸ਼ੀ ਹਾਂ ਜੀ
ਬਾਰ ਸਾਬੇ 10 ਰੁਪਏ ਜੀ ਆ ਸਾਰੀਆਂ ਦਾ ਜੀ ਆ ਤੂੰ ਕਬਰੀ ਨਹੀਂ ਤੇ ਮੈਂ 15 ਸਾਬ ਲੈਸਾਂਗੇ ਤੁਸੀਂ ਜੀ 12 ਦੇ ਪਏ ਆ ਉਸਲੇ 12 ਆਖਿਆ ਉਹਲੇ ਤੇ ਨਹੀਂ ਜਾ ਕੇ ਮੈਂ ਵੇਖਿਆ ਕੋਈ ਨਾ 15 ਲੈਸਾਂ 15 ਦੁਆ ਇਹ ਵੀ ਜਿਤਨੀ ਚੁਣੀਂਦੀ ਚੁਣ ਲਾ ਬਾਕੀ ਆਰਾਮ ਨਾਲ ਸੈਡ ਤੇ ਹੋ ਕੇ ਬਹਿ ਜਾਵਣਾ ਤੂੰ ਸਕੂਨ ਕਰ ਤੂੰ ਕਾਇਨ ਤੋਂ ਉੱਤੇ ਰੰਗ ਕਾਲਾ ਹੁੰਦਾ ਏਡਾ ਸੋਹਣਾ ਮੂੰਹ ਹੈ ਤੂੰ ਸਕੂਨ ਨਾਲ ਬਹਿ ਜਾਵਣਾ ਨਾਂਦੀ ਭੀੜੀ ਹੈ ਨਾ ਫੁੱਟੀ ਉਸ ਵਿੱਚ ਆ ਕੇ ਮੈਂ ਤੇਰੀ 'ਚ ਰੱਖ ਸਕਾਂ ਆਹੋ ਤੋਲ ਚੁੱਤਾ ਇੱਠਾ ਕਰਕੇ ਤੇਰੀ ਦਿਹਾੜੀ 'ਚ ਚੰਗੀ 1000 ਤੋਂ ਉੱਤੇ ਲੱਗ ਸੀਗੇ ਹਾਂ ਤੇ ਮੁਨਸ਼ੀ ਨੂੰ ਯਾਦ ਰੱਖੀ ਹੈ ਮੈਂ ਸਮ ਸੁਣਿਆ ਮੈਂ ਵੀ ਤੂੰ ਕਿਸੇ ਬੁੜੇ ਨਾਲ ਸ਼ਾਦੀ ਕੀਤੀ ਮਲੰਗੀ ਨਾਲ ਜਗਲ ਮਾਰੀ ਹੋਈ ਮਾਪਿਓ ਦੀ ਮਰਜ਼ੀ ਦੀ ਗੱਲ ਹੈ ਮਾਪਿਓ ਕੀਤੀ ਅਸੀਂ ਕੀ ਆਖ ਸਕਦੇ ਬਹੁਵਾ ਗੱਲ ਨਾ ਮਾਪਿਓ ਨੂੰ ਮੁਰਗਲਾ ਤਾਂ ਪਤਾ ਕੋਈ ਨਹੀਂ ਦਵੇ ਏਡੀ ਜਵਾਨੀ ਵੇਖ ਤੇਰੀ ਕਿੱਡੀ ਸੋਹਣੀ ਹੈ ਤੂੰ ਤੇ ਉਹ ਵੇਖ ਬੁੜਾ ਤੇ ਗੋਲ ਸਾਰੀ ਤੇਰੀ ਜਵਾਨੀ ਪਈ ਹੁੰਦੀ ਤੁਸੀਂ ਵੀ ਮੇਰਾ ਸਹੁਰਾ ਤੇ ਮੁੜ ਮੇਰੀ ਨਾਨ ਵਧਣੀ ਨਾਨ ਨਾ ਦੱਸਿਆ ਤੇ ਮੈਂ ਕਮਲੋ ਮੈਂ ਕਿਸੇ ਨੇ ਗੱਲ ਖੋਲਦਾ ਤੇ ਪਹਿਲੀਆਂ ਨੂੰ ਗੱਲ ਨਾ ਦੱਸੀ ਤੇਰੇ ਮਗਰ ਉਹ 2-2 ਰੁਪਏ ਉੱਤੇ ਲਏ ਨੇ ਮੈਥੋਂ ਬਾਹਰੀ ਦਾ ਹਿਸਾਬ ਉਹ ਵੀ ਲੈਂਦੇ ਪੈਣ ਤਿੰਨ ਇੱਥੇ ਲਿਆਵਣ ਪਿੱਛੇ ਅਗਲੀ ਵਾਰੀ ਹੁਣ ਆਪੇ ਆਵੀ ਇਹ ਹੋਵੇ ਕਿ ਮੈਂ ਮੋੜੀ ਨਾਲ ਸਾਰੀ ਜ਼ਿੰਦਗੀ ਉਹਨਾਂ ਦੇ ਪੈਸੇ ਜਿੱਤ ਰੱਖੇ ਮੈਂ ਵੀ ਅੱਗੇ ਚੋਰੀ ਹੋਣ ਦੇ ਹਿਸਾਬ ਧਾਨਾ ਮਾਰੇ ਸਹੀ ਮੈਂ ਇਹਨਾਂ ਹਟਾ ਨਹੀਂ ਸੱਟਣਾ ਮੋ ਜਦੋਂ ਨਾ ਆਈਆਂ ਨਾ ਮੁੜ ਆਪੇ ਸਿੱਧੀਆਂ ਜੱਟਣਗੇ ਠੀਕ ਹੈ ਸਾਡਾ ਰੋਹ ਬੰਦ ਹੋਇਆ ਇਹਨਾਂ ਠੀਕ ਹੈ ਆਰਾਮ ਨਾਲ ਸੈਡ 'ਤੇ ਆ ਕੇ ਨਾ ਮਗਾਂ ਬੈਠੋ ਸੰਗਿਆ ਉੱਥੇ ਜਿੱਤੇ ਫੁੱਟੀ ਇਕੱਠੀ ਹੋ ਗਈ ਵਾਹ ਕੁੱਤੇ ਬਹਿ ਜਾਣ ਠੀਕ ਹੈ ਉਹ ਕੋਈ ਨਹੀਂ ਉਹ ਅਦਾ ਪਿਆ ਬਈ ਤੁਸੀਂ ਜਿਹੜਾ ਨਾ ਪਰੇਸ਼ਾਨ ਨਾ ਹੋਵੋ ਬਈ ਜੀਵਨ ਤਾਂ ਸਾਡਾ ਢੇਰ ਸਾਰਾ ਤਲਕ ਹੈ ਹਾਂ ਅਤੇ ਭਾਈ ਇਹਨਾਂ ਨਾ ਪਤਾ ਲੱਗੇ ਤਾਂ ਮੈਂ ਰੁਪਈਆ ਦੋ ਤੁਹਾਡਾ ਬਈ ਵੱਧ ਚੱਲਾਈ ਸਾਂ ਇਹ ਗੱਲ ਅੱਛਾ ਮੈਂ ਤਾਂ ਲੈ ਕਹਿੰਦੇ ਰੱਦ ਤਾਂ ਠੀਕ ਨਾ ਆਉਣ ਲੱਗਦਾ ਪਰ ਜਿਹੜੀ ਬੈੜੀ ਨਜ਼ਰ ਨਾਲ ਵਹਿੰਦਾ ਕਲਾ ਨਹੀਂ ਨਹੀਂ ਉਹ ਤੁਹਾਡੇ ਪਿਓਰਾਂ ਦਾ ਪੁਰਾਣੇ ਤਲਕ ਆਲਾ ਹੈ ਨਾ ਇਸ ਤੋਂ ਖੁਸ਼ ਹੋ ਕੇ ਤਾਂ ਪੈਦਾ ਹੀ ਸੰਤ ਮੀਂਹ ਦੀ ਕਹਿਣਾ ਤੈਨੂੰ ਤਾਂ ਬਹੁਤ ਚੰਗਾ ਮੁਨਸ਼ੀ ਹੈ ਜੀ ਹਾਂ ਕਿਹੜਾ ਅੱਛਾ ਬੰਦਾ ਹੈ ਹਾਂ ਭਰਜਾਈ ਬਸ ਨਾ ਕਰੀ ਗਰਮੀ ਹੈ ਮੈਂ ਤੇ ਆਪ ਹੀ ਜਵਾਦੀ ਪਈਆਂ ਬੜੀ ਹੈ ਬਸ ਕਰੇ ਨਹੀਂ ਆਏ ਬਹੁ ਹੋ ਗਏ ਇਦਾਂ ਹੀ ਰੋਸੀ ਹੋ ਗਏ ਪਿਛਲੇ ਪੈਰ ਝੂਟੀ ਲਾ ਸਨੇ ਤਾਂ ਮੁਰ ਦਮੇ ਸਾਜਰੇ ਸਹੀ ਹਾਂ ਦਮੇ ਸਾਜਰੇ ਨਿਕਲਮ ਸਾਂ ਜੰਮੀ ਪਤਾ ਨਹੀਂ ਮੈਨ ਮਲੰਗੀ ਆਵਣ ਦੇ ਸੀ ਕਿ ਕੋਈ ਨਾ ਮੈਂ ਤੇਰਾ ਮੈਂ ਛੋੜ ਮਲੰਗੀ ਨੂੰ ਭਰਾਂ ਤੈਨੂੰ ਅਸੀਂ ਆਖਿਆ ਹੀ ਬਾਹਰ ਆਈ ਕਰ ਗੱਪ ਛੱਪ ਲਾਈ ਕੋ ਬਸ ਕਰ ਭਰਜਾਈ ਬਹੁ ਹੀ ਰਸ ਕਰੇ ਨਹੀਂ ਵੀ ਜਿਹੜਾ ਡੋਡਾ ਆਵੇ ਮੇਰੀ ਝੋਲੀ ਚ ਹੋਵੇ ਛੱਡੋ ਪਰ ਮਲੰਗੀ ਨੂੰ ਸਾਪੇ ਸੰਭਾਲ ਲਈ ਚਲੋ 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 ਨਿਕਲੋ ਹਾਂ ਬੁੱਢਾ ਖੂਬ ਸੜਦੀ ਆ ਉਹਦੀ ਜੂਰਤ ਤੈਨੂੰ ਨਾ ਗਲੇ ਸੀ ਮੈਂ ਚਲੋ ਗੋ ਰੋਗ ਫੁੱਟੀ ਦਾ ਲੁਕਾ ਕੇ ਰੱਖ ਲਵਾਂ ਉਸ ਥਾਈ ਠਰਕ ਬੋਰੀ ਰੱਖਣੀ ਹੈ ਤੇ ਮੈਂ ਫੁੱਟੀ ਲੁਕਾ ਕੇ ਜਲਦੀ ਕਰੋ ਪਰ ਦੇਰ ਆਉਂਦੀ ਪਈ ਕੱਢ ਲਾ ਹੁਣ ਡੋ ਦੇ ਕੱਢ ਉਦੇ ਅੱਬਾ ਤੇ ਭਾਉ ਹੀ ਹਰਦਾ ਤਾਲ ਮਚਾਈ ਖਲੇ ਉਸ ਇਹ ਗੱਲ ਤਾਂ ਹੈ ਹਾਂ ਆਪਣੀਆਂ ਸਾਰੇ ਜਿਹੜੇ ਵਿਖਾਉ ਨਾ ਗਡੋਰੀਆਂ ਆ ਜੀ ਸਾਡੀ ਹੈ ਸਾਡੇ ਦੋਵਾਂ ਦੀ ਉੱਠੀ ਮੈਂ ਨਾ ਨਹੀਂ ਆਓ ਸੋਨੀਆ ਦੀ ਤਾਂ ਮਾਂ ਨੂਰ ਦੀ ਔਰ ਵਿਖਾਨ ਅੱਛਾ ਤੋ ਇਤਨੀ ਢੇਲੇ ਚੀ ਕੋ ਚੁਣੀ ਹੈ ਤੇ ਜਿਹੜੀ ਸਵੇਰ ਦੀ ਮੁਨਸ਼ੀ ਲੱਗੀ ਹੋਈ ਆ ਮੁਈ ਜਾਈ ਹੋਵਣੀ ਆਈ ਮੈਂ ਬੇਵਕੂਫ ਜਾਤਾ ਹੀ ਤੇ ਕੀ ਹੋਇਆ ਸਭ ਤੋਂ ਤਰੀਕੇ ਆਖੇ ਮੇਰੀ ਕੀ ਹੋਇਆ ਹੈ ਸੋਨੀਆ ਤੈਨੂੰ ਨਹੀਂ ਸ਼ਰਮ ਆਇਆ ਤੋ ਇੰਨੀ ਰੋਕਿਆ ਕੀ ਹੋਇਆ ਮਨੁਸ਼ ਸਾਹਿਬ ਫੁੱਟੀ ਚੋਰੀ ਕਰਕੇ ਉੱਥੇ ਟਾਲੀ ਦੇ ਹੇਠ ਰੱਖ ਕੇ ਆਈ ਹੈ ਮੈਂ ਤਾਂ ਚੋਰੀ ਕੋਈ ਨਹੀਂ ਕੀਤੀ ਪਤਾ ਮੈਂ ਜੀ ਅੱਗੇ ਤਾਂ ਕਦੀ ਨਹੀਂ ਕੀਤਾ ਇੰਜ ਵਰਜਾਈ ਜੀ ਪਤਾ ਨਹੀਂ ਬਾਵੇਂ ਉਹ ਰਾਹ ਕੋ ਯਾਦ ਨਾ ਰਹੀ ਉਸ ਦੀ ਬਾਤ ਐਡਾ ਵੀ ਮੇਰਾ ਦਿਮਾਗ ਖਰਾਬ ਨਹੀਂ ਹੋਇਆ ਮੈਂ ਜੋਲੀ ਲਾ ਕੇ ਰੱਖੀ ਆ ਕੂਤ ਨਹੀਂ ਮਰੇਂਦਾ ਪਈਆ ਕਾਕੀ ਜਾਵੇਂ ਨਾ ਤੂੰ ਉਹਦੇ ਜਾ ਕੰਡੇ ਵਾਲੇ ਸਾਰ ਲੈ ਤੂੰ ਜਾਵੇਂ ਨਾ ਮੈਂ ਐਡਾ ਅੰਨਾ ਵੀ ਨਹੀਂ ਸਮਝ ਆਈ ਨਾ ਇੱਕ ਤੁਹਾਡੇ ਕੰਮ ਜ਼ਿੰਮੇ ਲਾਇਆ ਇਹਦਾ ਮਤਲਬ ਹੈ ਕਿ ਤੁਸੀਂ ਮੇਰੇ ਸਿਰ ਤੇ ਚੜ ਜਾ ਸਕੀਆਂ ਮੁਨਸ਼ੀ ਇਹ ਕੀ ਉਹਦੀ ਗੱਲਾਂ ਸੇ ਤੈਨੂੰ ਬੇਈਮਾਨ ਨਜ਼ਰ ਆਈਆਂ ਮੈਂ ਚੋਰੀ ਨਹੀਂ ਸਾਹ ਦੇਣਾ ਹੁੰਦਾ ਹੈ ਇਹ ਭਾਈ ਮੇਰਾ ਦਿਲ ਇੰਜੇ ਬਕੱਦਾ ਮੈਂ ਤੇਰਾ ਸਾਰਾ ਹਿਸਾਬ ਕਿਤਾਬ ਹੀ ਅਗਲਾ ਖਤਮ ਕਰਕੇ ਤੈਨੂੰ ਘਰ ਗਾਲ ਸੱਟਾਂ ਨਹੀਂ ਚੌਧਰੀ ਸਾਹਿਬ ਯਾਦ ਨਾ ਰਹੀ ਉਸ ਦੀ ਗਲਤੀ ਹੋ ਗਈ ਉਹਦੇ ਕੋਲੋਂ ਮੁਨਸ਼ੀ ਸਾਹਿਬ ਆ ਗਏ ਕੰਡੇ ਵਾਲਾ ਹੀ ਓਲੇ ਭਾਈ ਮੁਨਸ਼ੀ ਸਾਹਿਬ ਗੱਡਾ ਬੰਨੋ ਉੱਥੇ ਇਹਨਾਂ ਦੀ ਤੁਸੀਂ ਵਗ ਜਾਓ ਤੁਹਾਡਾ ਹਿਸਾਬ ਹੋ ਜਾਸੀਗਾ ਜੀ ਤੁਸੀਂ ਦੋਵੇਂ ਜਾਓ ਸੋਨੀਆ ਜਾਓ ਜੀ ਆ ਕਾਕੀ ਨੂੰ ਵੀ ਗਾਂ ਲਈ ਜਵੇ ਅਸੀਂ ਜੀ ਆਏ ਵਜ਼ਨ ਕਰਾ ਤੇਰਾ ਮੈਂ ਵੇਖ ਰਿਹਾ ਤੇਰੀ ਢੇਰ ਸਾਰੀ ਪਈ ਤੇਰੀ ਤੋਲਣ ਤੇ ਫਿਰ ਲੱਗਣੀ ਜਾਓ ਤੁਸੀਂ ਬਰ
ਜਾਏ ਜਲਦੀ ਆਵੇ ਮੈਂ ਉਥਵਾ ਛਾਤ ਬਾਸਾ ਠੀਕ ਹੈ ਮੈਂ ਮੁਨਸ਼ੀ ਕੀ ਹੋ ਜਾ ਸ਼ੱਕੀ ਮਿਜਾਜ ਦਾ ਹੈ ਪੀਆ ਤੂੰ ਬਰਦਾ ਹੀ ਇਹਨ ਕਿਉਂ ਕੀਤਾ ਅੱਲਾ ਮਾਫੀ ਦੇਵੇ ਥਾਨ ਕਿਹੜੀ ਲੋੜ ਆਈ ਤੂੰ ਕਿਉਂ ਰੱਖ ਆਈ ਜਾ ਓਏ ਤੂੰ ਵੀ ਮੈਂ ਭੁੱਲ ਗਈ ਆ ਆ ਪਹਿਲੇ ਚੋਣੀਆਂ ਦਾ ਪਤਾ ਕਰ ਮੈਂ ਵੀ ਜੀ ਜਾਣੀ ਆ ਮੋੜ ਲੈ ਕੀ ਹੋ ਗਈ ਤੂੰ ਕਮਲੀ ਹੋ ਗਈ ਏ ਜਿਹੜੇ ਮੈਂ ਜਾਣਦੀ ਹਾਂ ਤੇਰੇ ਪਿੱਛੇ ਤਾਂ ਮੈਂ ਸਾਰੇ ਪਾਪੜ ਵੇਲੇ ਨੂੰ ਗੱਲ ਸੁਣ ਮੈਂ ਤੇਰੇ ਪੈਸੇ ਨਾ ਮੈਂ ਸਰਦਾਰਾ ਨਕਸ਼ਾ ਕੇ ਮੈਂ ਦੇਸ ਤੇ ਕੋਈ ਉਧਾਰ ਹੋ ਜੀ ਆ ਵੇਖੋ ਕਈ ਨਹੀਂ ਲੋੜ ਤੈਨੂੰ ਤੈਨੂੰ ਕਈ ਲੋੜ ਨਹੀਂ ਐਵੇਂ ਕੰਮ ਕਰਨ ਦੀ ਵਧੀਆ ਮੈਂ ਕਿਸ ਵਾਸਤੇ 200 300 400 500 600 700 800 900 950 ਹਜ਼ਾਰ ਆ ਉਤਲੇ ਬੰਦੇ ਸਾਰੇ ਹੀ ਲੋਨ ਇਹ ਸਾਰੀ ਦਿਹਾੜ ਚੁਣਨ ਨਾ ਇਹਨਾਂ ਦਾ 500 ਰੁਪਏ ਬਣਦੇ ਹੀ ਲਾ ਤੂੰ ਆਇਆ ਹਜ਼ਾਰ ਤੂੰ ਤੇ ਹੀ ਨਹੀਂ ਲੈ ਜਾ ਲੂਸੀ ਜਿਹੜਾ ਹੀ ਉਹਦਾ ਕੀ ਨਾ ਮਲੰਗੀ ਉਹਨੂੰ ਥੋੜ੍ਹੇ ਜਿਹੇ ਪੈਸੇ ਵੀ ਖਾਈ ਤਾਂ ਕਿ ਤੈਨੂੰ ਰੋਜ਼ ਗੱਲੇ ਬੇਈਮਾਨੀ ਨਹੀਂ ਤੇਰਾ ਹੱਕ ਏ ਕੁਝ ਲੋਕ ਜਿਹੜੇ ਹੁੰਦੇ ਨੇ ਉਹ ਹੱਥ ਦੀ ਕਮਾਈ ਖਾਂਦੇ ਨੇ ਤੇਰੇ ਵਰਗੇ ਲੋਕ ਹੁਸਨ ਦੀ ਕਮਾਈ ਖਾਂਦੇ ਨੇ ਲੋੜ ਹੀ ਕਾਹੀ ਨੀ ਗੱਲ ਸੁਣ ਮੈਂ ਪੈਸੇ ਤੇਰੇ ਘਰ ਪੜਾ ਦਿੱਸਾਂ ਤੂੰ ਇੱਕ ਕੰਮ ਕਰਨਾ ਜਿਹੜੇ ਤੁਹਾਡੇ ਗਵਾਂਢ ਮੋਟਰ ਏ ਉੱਥੇ ਆ ਗਈ ਕਰੀ ਚਲੋ ਠੀਕ ਮੈਂ ਉੱਥੇ ਤੈਨੂੰ ਪੈਸੇ ਦੇਵਣ ਮਸਾਂ ਹੈ ਜਿਹੜਾ ਜੱਟ ਇੱਥੇ ਚੋੜ ਕਰਨੇ ਨਾ ਇਹ ਕੰਮ ਆ ਸਾਰੀ ਨਹੀਂ ਕਰਨੀ ਮੈਂ ਨਾ ਇਹਨਾਂ ਇਹ ਜਿਹੜੀ ਕਮਾਈ ਕਿਤੇ ਜਾਣੀ ਚੌਧਰੀ ਨਾਲ ਮੈਂ ਆਪੇ ਕਰ ਲੈ ਸਕਾਂ ਅਤੇ ਮੈਂ ਮੋਟਰ 'ਤੇ ਮਸਾਂ ਹਾਂ ਹੁਣ ਜਾਵਣ ਵਾਲੀ ਕਾਰ ਉਹ ਗਾਂ ਨਿਕਲ ਗਈ ਜੀ ਐਵੇਂ ਘਰ ਕੇ ਗੱਲ ਮੈਂ ਬਸ ਚਲੀ ਜਾਂਦੀ ਮੈਂ ਬੰਨ ਕੇ ਤੇ ਮੁੜ ਜਾਂਦੀ ਬਸ ਠੀਕ ਹੋ ਗਿਆ ਉਹ ਮੇਰੀ ਤਾਂ ਜਾਨ ਹੀ ਕੁਰਬਾਨ ਸਾਰਾ ਮਾਲ ਕੁਰਬਾਨ ਤੇ ਤੂੰ ਮੇਰਾ ਘਰ ਵਾਲਾ ਹੈ ਇੱਕ ਮੇਰਾ ਘਰ ਵਾਲਾ ਕਾਲੇ ਮੂੰਹ ਵਾਲਾ ਉਹਨੂੰ ਮੁੜੂ ਮੈਂ ਮਰ ਜਾ ਘੰਟੇ ਦਾ ਸਾਥ ਮਾਰ ਮਾਰ ਕੇ ਮਰ ਜਾ ਪੈਸੇ ਕਿਦੋਂ ਆਏ ਨੇ ਤੇ ਜਦ ਸਾਰੇ ਬਾਅਦ ਚ ਲੁਕਾ ਲਏ ਨੇ ਕਿਦੋਂ ਹੀ ਨਹੀਂ ਮੇਰੇ ਆਪਣੇ ਆਉਂਦੇ ਹੋ ਮੈਂ ਨਾ 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 ਮੇਰੇ ਕੋਲ ਗੱਲ ਨਾ ਲੁਕਾ ਮਰ ਜਾ ਤੁਹਾਡੇ ਕੋਲ ਇੱਕ ਰੁਪਈਆ ਹੀ ਕੋਈ ਨਾ ਆਈ ਹਾਂ ਮੇਰੇ ਕੋਲ ਪੈਸੇ ਮਰ ਜਾ ਕੋਈ ਨਾ ਮੈਂ ਤੂੰ ਵੇਂਦੀ ਰਹੀ ਹੈ ਖਲੋ ਕੇ ਮੁਸ਼ੀ ਤੇ ਤੁਹਾਨੂੰ ਹਾਂ ਨਹੀਂ ਸਰ ਹਾਲੇ ਗੱਲ ਸੁਣ ਮੇਰੀ ਵੈਸੇ ਤਾਂ ਤੁਸੀਂ ਮੈਨੂੰ ਮਾਤੀ ਦੇਂਦੇ ਪਿਆ ਹੈ ਮੇਰੇ ਦੀ ਆ ਸਾਹਿਲ ਨਾਲ ਇੰਝ ਨਾ ਕਰੇ ਉਦਲੇ ਨਾ ਪਈ ਫਲਾਣ ਨਾ ਕਰੇ ਵਾਹ 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 ਤੁਹਾਡਾ ਸ਼ਰੀਫ ਪੰਨ ਤੁਸੀਂ ਅਜੇ ਕੰਮ ਕੀਤਾ ਵੀ ਮੁਨਸ਼ੀ ਕੋਲ ਪੈਸੇ ਲੈ ਲੈਣ ਬਰਜਾਈ ਇਨਸਾਫ ਤਾਂ ਨਹੀਂ ਹੈ ਨਹੀਂ ਸਲਮਾ ਐਸੀ ਕੋਈ ਗੱਲ ਨਹੀਂ ਮੇਰਾ ਕੋਈ ਗਲਤ ਚੱਕਰ ਨਹੀਂ ਬਸ ਬਰਜਾਈ ਗਲਤ ਚੱਕਰ ਨਹੀਂ ਇਹ ਗਲਤ ਚੱਕਰ ਨਹੀਂ ਨਹੀਂ ਇਹ 1000 ਰੁਪਈਏ ਪੇ ਵਰਜਾਈ ਨਹੀਂ ਤੇ ਮਾਣ ਦੇ 400 ਰੁਪਈਏ ਅਗਰ ਸਾਡੀ ਮਾਣੀ ਹੋ ਗਈ ਤਾਂ 400 ਰੁਪਈਏ ਲਵਣਾ ਤੇ 1000 ਰੁਪਈਏ ਅੱਛਾ ਛੋੜਨਾ ਕੋਣ ਇਤਨੇ ਚੋਣੀ ਪੈਸੇ ਲੈਂਦੀ ਵਰਜਾਈ ਬਸ ਕਰੋ ਨਾ ਇਹ ਵੇਖੋ ਨਾ ਚੰਗੇ ਹੋਵਣ ਦੀ ਨਾ ਐਕਟਿੰਗ ਛੱਡ ਦਿਓ ਮੇਰੀ ਗੱਲ ਸੁਣ ਸਲਮਾ ਤੂੰ ਸਹੀ ਆਖਿਆ ਮੈਂ ਵਾਕਈ ਭਟਕ ਗਈ ਆਮੋ ਲੇਕਿਨ ਹੁਣ ਵਾਅਦਾ ਕਰਨੀ ਹੈ ਕਿ ਮੈਂ ਅੱਜ ਸਾਰੀ ਫਾਈਨਲ ਕਰਕੇ ਮੈਂ ਉਸ ਮੁਨਸ਼ੀ ਨੂੰ ਆਖ ਛੁੜਿਆ ਸਾਂ ਕਿ ਅੱਜ ਤੋਂ ਬਾਅਦ ਮੇਰੇ ਨਾ ਹੀ ਮੈਂ ਵਨਵਾੜੇ 'ਚ ਆਉਣਾ ਔਰ ਨਾ ਹੀ ਮੈਂ ਉਸ ਕੋਲ ਪੈਸੇ ਲੈ ਕਰੇ ਸਾਂ ਤੂੰ ਸਹੀ ਆਖਿਆ ਮੈਂ ਪੈਸਿਆਂ ਦੇ ਲਾਲਚ ਵਿੱਚ ਆ ਕੇ ਭੁੱਲ ਗਈ ਆਮ ਕਿ ਮੈਂ ਆਪਣੇ ਮਾਂ ਪਿਓ ਦੀ ਇੱਜ਼ਤ ਖੁਆਰ ਕਰਨ ਦੀ ਪਈ ਹਾਂ ਔਰ ਤੂੰ ਸਹੀ ਆਖਿਆ ਮੈਂ ਤੈਨੂੰ ਮੱਥੀ ਦੇਣ ਦੀ ਆ ਮੈਂ ਆਪ ਗਲਤ ਰਾਹ 'ਤੇ ਟੁਰ ਪਈ ਹਾਂ ਮੈਂ ਕਿਹੜੇ ਰਾਹ 'ਤੇ ਟੁਰੀ ਹਾਂ ਮੇਰਾ ਹੱਕ ਬਣਦਾ ਉਲਟਾ ਤੈਨੂੰ ਸਮਝਾਉਣਾ ਸਿੱਧੇ ਰਾਹ 'ਤੇ ਲਾਉਣਾ ਤੁਸੀਂ ਮੈਨੂੰ ਮੱਥੀ ਦੇਂਦੇ ਰਹੇ ਹੋ ਇਹ ਤੁਸੀਂ ਕੰਮ ਕਰੋ ਵਾ ਤੁਹਾਨੂੰ ਸ਼ੋਭਾ ਤਾਂ ਨਹੀਂ ਦੇਣਾ ਇਹਨਾਂ 4 ਪੈਸਿਆਂ ਦੇ ਪਿੱਛੇ ਮੈਂ ਆਪਣੀ ਇੱਜ਼ਤ ਨਹੀਂ ਖੁਆਰ ਕਰ ਸਕਦੀ ਤੂੰ ਸਹੀ ਆਖਿਆ ਚੱਲ ਚੱਲੀਏ ਚੱਲ ਚੱਲੀਏ ਠੀਕ ਹੈ ਟੁਰੋ ਹਾਂ ਯਾਰ ਸਲਮਾ ਸਹੀ ਆਦੀ ਪਈ ਹੈ ਇਹ ਬਹੁਤ ਗਲਤ ਕੀਤਾ ਮੈਂ ਜਿਹੜਾ ਹੀ ਕੀਤਾ ਅੱਜ ਉਸਨੂੰ ਮਿਲ ਕੇ ਨਾ ਉਹਦੇ ਪੈਸੇ ਹੀ ਵਾਪਸ ਦੇ ਸਾਂ ਔਰ ਉਹਨੂੰ ਸਮਝਾਈ ਸਾਂ ਕਿ ਨਹੀਂ ਮੈਂ ਇਹੋ ਜੀ ਨਹੀਂ ਔਰ ਨਾ ਮੈਨੂੰ ਇਹਨਾਂ ਰਹਾਣਾ 'ਤੇ ਲਾਵੇ ਅੱਜ ਅਗਰ ਮੈਂ ਸਭ ਕੁਝ ਕੰਟਰੋਲ ਕਰ ਲਵਾਂ ਨਾ ਤਾਂ ਹੋ ਜਾ ਸੀ ਕਿਉਂਕਿ ਅਜੇ ਤੱਕ ਕੁਝ ਵੀ ਨਹੀਂ ਗਿਆ ਫਿੱਟਾ ਕੱਲ੍ਹ ਨੂੰ ਉਹਨੂੰ ਹੋਵੇ ਕਿ ਮੇਰੀ ਵਾਸਤੇ ਹੀ ਮੁਸ਼ਕਿਲ ਹੋ ਜਾਵੇ ਅਤੇ ਉਹਦੀ ਵਾਸਤੇ ਵੀ ਮੁਨਸ਼ੀ ਆਇਆ ਅੱਬੇ ਆਖਿਆ ਠੀਕ ਹੈ ਵਗ ਜਾ
ਅੱਬਾ ਹੁਣ ਨਿਕਾਹ ਤੇਰੇ ਨਾਲ ਅੱਬਾ ਕਰੇ ਸੀ ਮੇਰਾ ਕੋਈ ਨਿਕਾਹ ਤੇਰੇ ਨਾਲ ਗੱਲ ਤਾਂ ਸੁਣੋ ਅੱਜ ਗਈਆਂ ਅੱਗਾਂ ਤੋਂ ਪਿੱਛੇ ਨਹੀਂ ਜਾਂਦੀ ਤੁਸੀਂ ਨਾਰਾਜ਼ ਨਾ ਹੋਵੋ ਜਿਹੜਾ ਮੁਨਸ਼ੀ ਹੈ ਨਾ ਮੈਂ ਹੁਣ ਮੈਂ ਕੀ ਆਖਾਂ ਹੋਇਆ ਸਰਦਾਰਾਂ ਦਾ ਮੁਨਸ਼ੀ ਮੈਨੂੰ ਆਂਦਾ ਕੁਝ ਨਹੀਂ ਤੂੰ ਚੁੱਪ ਕਰਕੇ ਤੇਰੀ ਮੈਂ ਹੁਣ ਲੱਤਾਂ ਵਾੜ ਛੋੜਨੀ ਆ ਮੈਂ ਅੱਜ ਤੋਂ ਪਿੱਛੇ ਨਹੀਂ ਜਾਂਦੀ ਤੁਸੀਂ ਐਵੇਂ ਦੇ ਕੋਈ ਨਾਰਾਜ਼ ਨਾ ਹੋਵੋ ਮੈਂ ਅੱਜ ਤੋਂ ਪਿੱਛੇ ਨਹੀਂ ਜਾਂਦੀ ਅੱਛਾ ਹੋਰ ਆਵੇ ਨਾ ਉਹ ਤੂੰ ਗੱਲ ਮੈਨੂੰ ਕਰੇਂ ਜੀ ਪਈ ਉੱਤੋਂ ਅੱਬਾ ਆ ਗਿਆ ਉਹ ਗੱਲ ਕਹੀ ਜਾ ਤੁਸੀਂ ਲੜਸੋ ਤਾਂ ਨਹੀਂ ਨਾ ਮੈਂ ਨਹੀਂ ਲੜਦਾ ਨਹੀਂ ਲੜਦਾ ਨਹੀਂ ਉਹ ਆਪਣੀ ਸਲਮਾ ਨਹੀਂ ਭੈਣ ਤੁਹਾਡੀ ਮੇਰੀ ਭੈਣ ਜੀ ਹਾਂ ਉਹ ਕਿਸੇ ਛੋਰ ਨੂੰ ਪਿਆਰ ਕਰਦੀ ਹੈ ਤੇ ਮੈਂ ਆਖਿਆ ਉਹਦਾ ਰਿਸ਼ਤਾ ਕਰ ਛੱਡੀਏ ਤਾਂ ਉਹ ਬਿਹਤਰ ਹੈ ਬਈ ਤੂੰ ਕੌਣ ਹੋਣੀ ਹੈ ਉਹ ਤੂੰ ਸਾਡੇ ਰਿਸ਼ਤੇ ਦੇ ਵਿੱਚ ਕੌਣ ਹੋਣੀ ਹੈ ਕੀ ਲੱਗਦੀ ਕੀ ਹੈ ਤੂੰ ਸਲਮਾ ਦੀ ਤੁਹਾਡੀ ਬੀਵੀ ਹੋਣ ਦੇ ਨਾਤੇ ਮੈਂ ਉਹਦੀ ਭਰਜਾਈ ਔਰ ਮੇਰਾ ਹੱਕ ਕਿ ਖਬਰਦਾਰ ਤੂੰ ਬੀਵੀ ਬਣ ਕੇ ਰਹੋ ਅਗਾਂ ਹੱਥ ਨਾ ਵਧਾ ਮੇਰੇ ਘਰ ਦੇ ਜਿਉਂ ਜੀ ਆਪ ਚੰਗੀ ਹੋ ਜੀ ਉਹਨ ਕਰੂੰਗਾ ਚੰਗਿਆ ਮੇਰੀ ਗੱਲ ਤਾਂ ਸੁਣੋ ਧੀਆਂ ਜਵਾਨ ਹੋਵੇ ਨਾ ਘਰ ਵਿੱਚ ਪੱਕੀ ਬੇਰ ਹੋਵੇ ਨਾ ਤੇ ਵੱਟੇ ਹਰ ਕੋਈ ਮਰਿੰਦਾ ਅੱਛਾ ਕੱਲ ਨੂੰ ਕੋਈ ਨਫਾ ਨੁਕਸਾਨ ਹੋ ਜਾਵੇ ਉਹਦਾ ਫਾਇਦਾ ਉਸ ਤੋਂ ਬਿਹਤਰ ਹੈ ਕਿ ਛੂਹਰ ਨੂੰ ਵੇਖ ਸ਼ੇਖ ਕੇ ਦਾ ਰਿਸ਼ਤਾ ਕਰ ਛੱਡੋ ਅਸੀਂ ਆਪ ਅਸੀਂ ਦੋ ਪਿਓ ਪੁੱਤਰ ਵਗੈਰਾ ਮਾਰ ਤਾਂ ਕੋਈ ਨਹੀਂ ਸਕਦਾ ਤੂੰ ਤੋਂ ਜੇ ਚੱਲ ਹੁਣ ਘਰੋਂ ਤੋਂ ਲੱਤ ਬਾਹਰ ਕੱਢੀ ਜੇ ਲੱਤਾਂ ਤੇਰੀਆਂ ਮੈਂ ਬੰਨੀਆਂ ਨਾ ਤਾਂ ਹੁਣ ਮੈਂ ਬੇਖੈਰਤ ਮਲੰਗੀ ਉਹਨੂੰ ਇਹ ਮੋੜ ਉੱਚਾ ਉੱਚਾ ਬੁਲਾ ਰਹਾ ਹੈ ਹਾਂ ਤੈਨੂੰ ਤਾਂ ਕਹਾ ਨਹੀਂ ਨਾ ਆ ਬਾਹਰ ਤੋੜ ਦੇਣਾ ਕਿ ਕਿੱਦਾਂ ਹੀ ਫੁੱਟੀ ਪੈਸੇ ਕਮਾਏਗੀ ਸਰ ਗਈ ਜੋ ਮੰਡਵਾੜ ਚ ਗਿਆ ਜੀ ਆ 20 ਕਿਲੋ ਹੋਈ ਹੈ ਤੂੰ ਨਾ ਦਿੱਤਾ 200 ਰੁਪਈਆ 200 ਰੁਪਈਏ ਦੀ ਪਾਲੀ ਤੋਂ ਜੀ ਬਾਹਰ ਨਾ ਬਾਹਰ ਚਲਾ ਜਾ ਮੇਰੀ ਜੀ ਕਰਿਆ 10 ਰੁਪਈਆ ਕਿਲੋ ਆਏ ਚਾਚੂ ਮੈਂ ਕੀ ਕਰਾਂ ਇਹ ਦੱਸ ਮੇਰਾ ਪੁੱਤਰ ਗੱਲ ਸੁਣ ਮੁਨਸ਼ੀ ਜੋ ਆਇਆ ਹਾਂ ਜ਼ਲੀਲ ਹੋ ਗਿਆ ਮੋੜ ਹਟ ਕੇ ਮੁਨਸ਼ੀ ਦਾ ਉਹ ਮੁਨਸ਼ੀ ਦਾ ਮੇਰੇ ਘਰ ਨਾ ਨਾ ਲਓ ਉਹ ਮੇਰਾ ਪੁੱਤਰ ਮੇਰੇ ਨਿੱਕੀ ਜੀ ਗੱਲ ਹੌਸਲੇ ਨਾਲ ਸੁਣੋ ਹੌਸਲੇ ਨਾਲ ਤੁਸੀਂ ਕੋਈ ਨਾ ਲੜੋ ਮੈਂ ਨਹੀਂ ਨਹੀਂ ਮੈਂ ਲੜਦਾ ਨਹੀਂ ਮੈਂ ਲੜਦਾ ਨਹੀਂ ਮੈਂ ਹੌਸਲੇ ਨਾਲ ਸਮਝਾ ਲਈ ਮੇਰਾ ਪੁੱਤਰ ਅਸੀਂ ਬੈਠੇ ਹਾਂ ਰਾਹ ਕੋ ਉਹ ਹੈ ਸਰਦਾਰਾਂ ਦਾ ਮੁਨਸ਼ੀ ਉਹ ਚਗਾ ਲਿਆ ਅਸੀਂ ਸਰਦਾਰਾਂ ਦੇ ਕੁੱਤੇ ਨੂੰ ਕੁਝ ਨਹੀਂ ਆਖ ਸਕਦੇ ਉਹ ਤਾਂ ਮੁਨਸ਼ੀ ਹੈ ਮੈਂ ਕੁੱਤੋ ਹੋਵੇ ਜਾਂ ਮੁਨਸ਼ੀ ਹੋਵੇ ਮੇਰੇ ਘਰ ਲੱਤ ਰੱਖੀ ਉਹਦੇ ਨਾਲ ਜੇ ਮੈਂ ਉਹਦੀ ਲੱਤਾਂ ਨਾ ਕੜਕਾਈ ਤਾਂ ਮੇਰਾ ਪਿਓ ਹੋਇਆ ਹੁਣ ਨਾ ਜਾਵੀਂ ਛੋਰੇ ਮੈਂ ਬਾਹਰ ਬੇੜੀਆ ਕੋਲ ਬਾਨਾ ਉਹ ਜਿਸ ਲਾ ਤੂੰ ਖਨਵੀਰ ਏਡੀ ਸੋਹਣੀ ਸਵਾਰੀ ਹੈ ਮੇਰਾ ਉੱਥਾ ਦਿਲ ਐਡਾ ਚੌੜ ਹੋ ਜਾਂਦਾ ਇਹ ਬਾਹਰ ਫੁੱਟੀ ਜੁੜਦੀ ਚੰਗੀ ਲੱਗਦੀ ਹੈ ਅੱਛਾ ਤੁਸੀਂ ਚੁੱਪ ਕਰੋ ਨਾ ਤੁਸੀਂ ਲੜੋ ਨੀ ਮੈਂ ਆਖਿਆ ਨਾ ਅੱਜ ਤੋਂ ਪਿੱਛੇ ਨਹੀਂ ਜਾਂਦੀ ਤੁਸੀਂ ਜਿਵੇਂ ਆਖਸੋ ਮੈਂ ਇੰਜ ਕਰੇ ਸਾਂ ਮੇਰਾ ਪੁੱਤਰ ਤੁਸੀਂ ਨਾਰਾਜ਼ ਨਾ ਹੋਵੋ ਬਸ ਤੁਸੀਂ ਲੜੋ ਨਹੀਂ ਹੁਣ ਕੁਝ ਨਹੀਂ ਹੁੰਦਾ ਪਰੇਸ਼ਾਨ ਨਾ ਹੋ ਮੈਂ ਤਾਂ ਬਿਜ਼ਾ ਟੁੱਕਰ ਚੰਗਾ ਨਹੀਂ ਪਾ ਲੱਗਦਾ ਇਹ ਬਾਤ ਫੁੱਟੀ ਚੁਣ ਦੀ ਵਧੀ ਗਈ ਉਹ ਅੱਛਾ ਅੱਜ ਤੋਂ ਪਿੱਛੇ ਨਹੀਂ ਜਾਂਦੀ ਬਸ ਕਰ ਜਾ ਬਸ ਬਸ ਚਾ ਕਰੋ ਅੱਬਾ ਮੈਂ ਬਸ ਕਰ ਗਿਆ ਹੁਣ ਬਾਰਲ ਆ ਮੈਂ ਲਵੈਨਾ ਦਰਵਾਜ਼ਾ ਗੇਟ ਤੂੰ ਅੰਦਰ ਨਾ ਆਵੇ ਬਾਵੇਂ ਮੈਂ ਮਾਰਾਂਗਾ ਨਾ ਕੋਰਾ ਹਲਾ ਠੀਕ ਹੈ ਮੈਂ ਕੋਈ ਨੂੰ ਵੜਾਂ ਦੇਵਣਾ ਹਲਾ ਤੂੰ ਜਾ ਉਹ ਮੁਨਸ਼ੀ ਦੇ ਹੱਥ ਪੈਰ ਸਹੀ ਨੂੰ ਅੱਛਾ ਤੂੰ ਜਾ ਜਾ ਮੁਨਸ਼ੀ ਤਾਂ ਵੇਖ ਅਖਾਵਤ ਨੀ ਬਣੀ ਹੋਈ ਮੈਂ ਕੁੱਤੇ ਨੂੰ ਖੀਰ ਨਹੀਂ ਪਚਦੀ ਮੈਂ ਉਹ ਅਖਾਵਤ ਬੰਦੇ ਦੀ ਤਰੋੜ ਛੋੜੀਏ ਮੈਂ ਪਚਾ ਕੇ ਵੀ ਖਾਈਏ ਉਹ ਏਡਾ ਕੁੱਤਾ ਹੀ ਤੇ ਤੂੰ ਜਿਹੜੀ ਹੈ ਨਾ ਮੈਂ ਤੇਰਾ ਪਿਓ ਕੇ ਨਾ ਹੱਥ ਜਿਹੜੇ ਰਹਿੰਦਾ ਪਿਆ ਹਾਂ ਮੇਰੇ ਕੋਲ ਤੂੰ ਨਾ ਜਾਵੀ ਬਸ ਉਹ ਹੈ ਕੁਝ ਸਹੀ ਆਦਾ ਪਿਆ ਚਾਤਾ ਹਾਂ ਬਸ ਠੀਕ ਹੈ ਮੈਨੂੰ ਬਾਹਰ ਜਾਉਣਾ ਹੀ ਨਹੀਂ ਚਾਹੀਦਾ ਕਿਉਂਕਿ ਇੱਜ਼ਤ ਲੈ ਜਾਵੇ ਤੇ ਉਸ ਤੋਂ ਪਿੱਛੇ ਬਚਦਾ ਹੀ ਕੀ ਹੈ ਇਹਨਾਂ 4 ਪੈਸੇ ਦੀ ਖਾਤਰ ਮੈਂ ਆਪਣੀ ਇੱਜ਼ਤ ਨਹੀਂ ਨਾ ਪਾਰ ਕਰ ਸਕਦੀ ਚਲੋ ਰੁਕ ਕੇ ਹੁਣ ਮੈਂ ਨਹੀਂ ਜਾਂਦੀ ਪਤਾ ਨਹੀਂ ਗੱਲ ਕਰੇਂ ਦੀ ਤਾਂ ਬੈਠੀ ਆਈ ਸ਼ਾਲਿਆਂ ਦਾ ਮੂੰਹ 'ਚ ਨਿਕਲ ਪਵੇ ਗੱਲ ਸਾਏ ਲਾਲੀ ਹਾਂ ਚਲੋ ਅਜੇ ਨਾ ਕਰ ਪਤਾ ਦੀ ਮੈਂ ਮੁਨਸ਼ੀ ਵਾਲੀ ਗੱਲ ਭਾਵ ਨੂੰ ਦੱਸੇ ਸਾਂ ਅਤੇ ਅੱਬੇ ਨੂੰ ਦੱਸੇ ਸਾਂ ਪਤਨੀ ਸਮਝੀ ਕੇ ਵਧੀਏ ਮੈਨੂੰ ਆਉਂਦੀ ਐ ਨਾ ਕਰ ਐ ਨਾ ਕਰ ਆਪ ਟੁਰੀ ਹੋਈਏ ਬਾਏ ਕੀਤੀ ਹੋਈ ਭਾਵ ਨੂੰ ਗੱਲ ਹਾਂ ਸਲਮਾ ਮੈਂ ਕੀਤੀ ਹੈ ਗੱਲ ਹੁਣ ਵਾਹਤਾ ਜਗ੍ਹਾ ਜਗ੍ਹਾ ਕਿਉਂ ਬੋਲਿਆ ਪਿਆ ਮੈਨੂੰ ਜਲਦੀ ਦੱਸੋ ਕੀ ਆਖੇ ਨੇ ਤੁਸੀਂ ਤੇਰਾ ਵੀਰਾ ਅੱਗੇ ਬਹੁ ਮੇਰੀ ਗੱਲ ਤੂੰ ਕਾਵੜਿਆ ਖਲੋਤਾ ਔਰ ਮੁਨਸ਼ੀ ਤੱਕ ਬਹੁ ਕੋਈ ਗੁੱਸਾ ਹੈ ਉਹ ਆਦਾ ਤੂੰ ਗਈ ਕਿਉਂ ਹੈ ਬੜਾ ਔਖਾ ਉਸਨੂੰ ਮਨ ਆਇਆ ਹੈ ਹਾਂ ਔਰ ਮੈਂ ਆਪਣੇ ਮਰਦ ਨੂੰ ਜ਼ਬਾਨ ਦਿੱਤੀ ਕਿ ਅੱਜ ਤੋਂ ਬਾਅਦ ਮੈਂ ਨਾ ਜਾ ਸਾਂ
तेरे बिरान में तेरे बारे गल सारी कीती है। तो क्या आख्या उस आख्या तेरा कोई मतलब नहीं, साड़ी बहन है ते मैं आपे असी ओदे बारे सोच लसा। चलो भरजाई आई है गल्ला कीती रखन, मैं कोई ना कोई कदम उठा कर। मेरी गल तो सुन, मैं सारी गल साहिल दी दसी है कि उन प्यार करें दी तो दई फैसला। मैं नाले भी आख्या कल नीवी उच्ची हो जा, असी मुड़े ना आख्या उस आख्या असी आपे सोच लसा असी बैठे हाँ। लेकिन अज छोटी निनान होवन दे नाते, एक बहन होवन दे नाते अज एक मेरा आखिरी काम तू कर जा। चल दसो। मैं हमेशा तेन अपनी बहन समझिया, अज मेरी सपोर्ट कर जा तू। दसो दसो। मैं तेन जबान दी आई ना कि अज तू बाद मैं उस मुंशी ना मिल सा। हाँ। और ना कोई वास्ता रख सा। हाँ, तुसी दित्ती आई। मेरे घर का ना ईमान से बोझ जहा बना वा जेडे मैं उस को पैसे लैन। हाँ। बस तू इतने सब कुछ संभाली तो उस अज मोटर से आवना है। अच्छा। मैं उन बस पैसे दे के ते हुने वापस आंदी पई। जल्दी आवे नहीं ता मैं बाल्टी के बहाने वहीं पई हां ना जावे ते तू इतने अगर कोई मसला हो तो संभाल लवी। ठीक है। अच्छा मैं संभाल ले सा। परंतु सी भाव नु मना लो नहीं तो मैं कदम उठा चढ़ना ने। मैं तो ना आंदी पई ने बस बार बार आंदी पई ने बाद ही तुसी ना पछताओ कि सानू आंदी रही है। मैं आंदी पई ने मैं सब कुछ संभाल लेसा। बस आ तू मैं जबान दे के तू किसी दसे से नहीं है राज राज जी रह जासी तेरा मेरा। चल ठीक है। नहीं दसेंगी। चलो ठीक है चंगा। ध्यान करी अब्बे नु भी ना दसी कि मैं मोटर ते गई। नहीं दसेंगी जल्दी हट आवे ना पीछा। ओ मलंगी वदा है ओए आइए ओ किदे जांदा पिया है। ओ मैं बहु तेरे दे आया मी। हां ओ सवानी तेरी जांदी पई आई बाहर मोटर ते। अच्छा ते पानी भरन पानी दे बाने ते उथे मुंशी भी आया वदा है। अच्छा ते तू है बिरा बंदा। अच्छा ता तिन मैं आदा भाई अपने घर ते थोजी गिरोह रख। तूने कर ए अगा गल दसी कि दाई ना। अच्छा मेरी मोड़ी इज्जत उज्जत है। हां तू ऐ चल ना मैं आपे ओदे नाल गल कर लेना। अच्छा मलंगी तू कमला तनु गल तो सच्ची कीती आई ते प्यो मेरे नु छोर काई नी। मैं तो धीरे दे पिंड च बदनाम हो गई। सोहनी सवानी लाए बैठा ते आप किस न कम आंदा ए जो उत्ते हन्ना तो मैं गते होया। लेकिन जे उदे जांदी पई तो हुण डक्कां ते तां गल बन दई जे। अ गल सुन ना। गल सुन। हां जी किधे जाऊं मैं। मोटर तो पानी भरन जाऊंगा। ए ओरा महेंद्र जी मैं आ नाऊ जी आ नापला ए अब्बे दी पगड़ी है ते मोड़े दे नाल मैं चंगा नहीं लगदा ना गया। आ मैंने पानी मैं नाल ऐसा ते मोड़ मैं आ जासा ते इंज कर मिंट मार। सब्जी आई पई आई साल लाण पका इंज मिंट मार। मैं पानी भर के मोड़ ओ पानी मैं भरी अब ना मेरे बन्ने होन मेरे कड़के होन मैं भरी जोसा जा। चलो ठीक है मिंट मार घर जा। चल घर घर चल घर चल। और ना आई हूँ मैं आपे पानी भर देता नवाब जी थी सामना पाई। मैं तो पैसे वापस करने तो मलंगी वन्या नहीं देंदा पिया की करा। मैं तो आप लगा गया भावे उठे आपस लड़ पावे ना उनके करा। मैं चल वो आवे ही ना अज इस नाल तो अज मैं मूँह वेना इस राठ का इस यार का मैं मूँह तो वेना इस यार का मैं मूँह वेना ये जो आ जाता है मुलो गल इतने पे करें इस यार का मैं प्यो न रुकेंदा रह गया है। इस यार का मैं मूँह वेना ये यार आंदा है तो मेरी सवानी मिलता है अज पक करे ना मैं जो सवानी रोज कुटेना तो लड़ना जो अगर वो है वो बैड़ी तो मैं हूं पता लग जावना ओ काई नहीं भैड़ी तो मैं ता ही पता लग जावना ये मैं हूँ ए जो वो है भैड़ी उस फौरन आवना मेरे ताई हाँ हर थान वले च लाई बाहर आना आई मलंगी अज ये हाथी चढ़ गई हुई ना तो पान सवा जावना इन्ना जात हो मलंगी जरूरत का नहीं मलंगी बेगैरा थे मलंगी चंगा भला है। पता तो आई लाजमी सब तू पहले मेरा बेलिया तो मैं अपने महबूब में जो मिले ना उसका अजय नहीं
ਪਰ ਅੱਜ ਤੋਂ ਨਹੀਂ ਬੋਲਣਾ, ਅੱਜ ਮੈਂ ਬੋਲਣਾ। ਕਦੀ ਕਦੀ ਮੈਂ ਪੂਰੀ ਜਗ੍ਹਾ ਸੋਚਦਾ ਰਿਹਾ ਤੇਰੇ ਨਸੀਬਾਂ ਨੂੰ, ਦੇਖੇ ਨਾ ਹੁਣ ਕਿੱਥੇ ਉਹ ਬੁੜਾ ਕੁੱਤਾ ਮਲੰਗੀ, ਕਿੱਥੇ ਮੈਂ ਹੈ ਹਾਲੀ। ਤੈਨੂੰ ਪਤਾ ਕੋਈ ਨਹੀਂ, ਤੂੰ ਸਾਡੀ ਨੇ ਮੇਰੇ ਘਰ ਕੋਈ ਨਵੇਂ ਥੋੜ੍ਹੇ ਦੇ ਹੋਏ ਤੁਹਾਨੂੰ ਫੇਰ ਵਿੱਚ ਨਾ ਸੁਣਿਓ ਸਹੀ ਆ, ਜੇਰ ਜੇਰ ਸੱਦੇ ਹੁਣ ਉਸ ਦਿਨ ਉਹ ਗੱਲ ਕਾਇਨ ਦੱਸਣੀ ਪਈ, ਜੇਰ ਕਿਉਂ ਸੱਦੇ ਨਾ ਉਹ ਘਰ ਇੰਝ ਹੋਇਆ ਵੀ ਗਾਂਹ ਹੋਈ ਅਤੇ ਉਸ ਜੇਰ 'ਚ ਸੱਟੀ, ਹੁਣ ਵਾੜ ਗਾੜ ਕੁੱਤਾ ਕੋਈ ਨਾ ਉਹ ਸਹੀ ਲੱਗਦਾ ਪਿਆ, ਉਹ ਸੱਟ ਗਿਆ। ਉਸ ਤੋਂ ਮੁੜੋ ਸਾਰੇ ਇਲਾਕੇ ਗੱਲ ਮਸ਼ਹੂਰ ਹੈ ਜੇਰ ਜੇਰ, ਮੁੜੋ ਜਨਾਬ ਘਰ ਦੇ ਸ਼ੀਸ਼ੇ 'ਚ ਮੂੰਹ ਕੋਈ ਨਾ ਵੇਖਣ ਦੇ ਮੈਂ ਉਹ ਇਸ ਤੂੰ ਬਿਹਤਰ ਹੈ ਜਿਵੇਂ ਮੂੰਹ ਇਹ ਸੁਣ ਜੇ। ਹਾਂ ਤੂੰ ਬੋਲਣਾ ਨਹੀਂ, ਤੂੰ ਚੁੱਪ ਰਹੋ, ਅੱਜ ਮੈਂ ਤੇਰੇ ਨਾਲ ਸਾਰੀ ਗੱਲਾਂ ਕਰਨੀ, ਮੈਂ ਦਿਲ ਦੀ ਆਵਾਜ਼ ਕਰਨਾ ਚਾਹੁੰਦਾ, ਅਜੇ ਮੁੜੋ ਮੂੰਹ ਕੋਈ ਨਾ ਵੇਖਣ ਦੇ ਮੈਂ ਅਖੀਰੀ ਮੁੜੋ ਮੂਤਰੇ ਦੇ ਵਿੱਚੋਂ ਆਪਣਾ ਮੂੰਹ ਵੇਖਿਆ। ਉਸ ਤੋਂ ਬੜੇ ਔਖੇ ਵੇਲੇ ਨੇ ਛੋੜੋ, ਕਦੀ ਕਦੀ ਤਰਸ ਵੀ ਆਉਂਦਾ, ਇੱਕ ਵਾਰੀ ਹੋਇਆ ਕੀ ਬਲਾ ਮੈਂ ਤੈਨੂੰ ਦੱਸਦਾ। ਐਵੇਂ ਸਿੱਧੋ ਕੇ ਬੰਦ ਪਿਆ ਘਬਰੀ ਨਹੀਂ ਸਭਾ ਤਾਂ ਤੂੰ ਇੰਝ ਹੀ ਪਾਉਣਾ ਹੈ। ਮਾਸ਼ਾਅੱਲਾ ਕਿੰਨੀ ਸੋਹਣੀ ਹੈ ਤੂੰ, ਮਤਲਬ ਹੋਇਆ ਕੀ ਇਹਦੀ ਭੈਣ ਦੇ ਨਾ ਚਾਲ ਚਲਾਣ ਬੜੇ ਭੈੜੇ ਹਾਂ ਭਈਆ, ਸਾਰੇ ਸਾਰੇ ਸੋਹਰੇ ਕਸੋਰੀ ਗੋਲ ਉੱਲੀ ਹੋਈ ਹੈ, ਇਸ ਕੀ ਕੀਤਾ ਇਹ ਵਿਆਹ ਚੁੱਕ ਕੇ ਭੈਣ ਦੇ ਕੱਪੜੇ ਪਾ ਕੇ ਨਾ, ਭੈਣ ਦੇ ਕੱਪੜੇ ਪਾ ਕੇ ਤੇ ਆ ਗਿਆ ਬਾਜ਼ਾਰ। ਮੈਨੂੰ ਕਿਸਮਤ ਕਿਸਮਤ ਤਕਦੀਰ ਜਿਵੇਂ ਬੰਦੇ ਚਾਹੀਦੀ ਤਕਦੀਰ ਚਾਹੀਦਾ ਤਾਂ ਮੈਂ ਕੋਲ ਲੱਗ ਪਿਆ। ਮੈਂ ਵੇਖਿਆ ਮਸੀਆਂ ਦਾ ਬਖਾਵੇ ਮਲੰਗੀ ਤੂੰ ਕਿਤੇ ਜਿਵੇਂ ਚੁੱਪ ਕਰ, ਅੱਜ ਮੈਂ ਭੈਣ ਦੇ ਸਾਰੇ ਆਸ਼ਕ ਫਤੜੇ। ਬੜੀਆਂ ਇਹਦੀ ਮਜ਼ੂਰ ਗੱਲਾਂ ਬੜੀਆਂ, ਅਤੇ ਮੈਂ ਜਿਹੜੇ ਤੈਨੂੰ ਕੱਲ੍ਹ ਪੈਸੇ ਦਿੱਤੇ ਨਾ ਉਹ ਸੰਭਾਲ ਕੇ ਰੱਖੀ, ਅਤੇ ਗੱਲ ਤੂੰ ਮੈਂ ਇਸ ਨੇ ਪੈਸੇ ਵੀ ਦੇਣੇ ਨਾ, ਅਤੇ ਬਸ ਇਹ ਕੰਮ ਕਰੋ ਤੂੰ ਇਸ ਕੁੱਤੇ ਬੂਟੜ ਮਲੰਗੀ ਕੋਲ ਤਲਾਕ ਲੈ ਲਓ, ਤੂੰ ਆਪਣੀ ਸਾਰੀ ਜ਼ਿੰਦਗੀ ਮੇਰੇ ਨਾਲ ਗੁਜ਼ਾਰ। ਹੈਂ ਇਸ ਬੁਢੜੇ ਰੱਖਿਆ ਤਾਂ ਰੱਖਿਆ ਕੀ, ਕਿਉਂ ਦੂਰ ਹੁੰਦੀ ਪਈ ਗੱਲ ਬਈ ਬੋਲ। ਬਗੈਰ ਆਤਾ ਉਹ ਬਗੈਰ ਆਤਾ ਕੁਝ ਵੀ ਨਹੀਂ ਕੀਤਾ ਅੱਬਾ ਮੇਰੀ ਗੱਲ ਸੁਣ, ਉਹ ਬੇਲੀ ਮੇਰੇ ਨੂੰ ਜਾਣਨਾ ਨਾ ਅਸ਼ੋਲ ਅਲਤਾਫ ਉਹ ਜਾਣਨਾ ਨਾ, ਉਸ ਮੈਂ ਆਖਿਆ ਵੀ ਤੇਰੀ ਸਵਾਣੀ ਮੋਟਰ 'ਤੇ ਜਾਂਦੀ ਪਈ ਜੀ। ਅੱਛਾ ਮੈਨੂੰ ਪੱਕ ਲੱਗ ਗਿਆ ਵੀ ਹੱਕੀ ਗੱਲ ਹੈ ਕਈ। ਅੱਛਾ ਮੈਂ ਉਹਦਾ ਉਤਲਾ ਲਿਆ ਆਪਣਾ ਸਾਫਾ ਉਹਨੂੰ ਦਿੱਤਾ, ਉੱਥੋਂ ਮੈਂ ਉਹਦਾ ਟੁਰ ਪਿਆ। ਅੱਛਾ ਮੈਂ ਆਖਿਆ ਪਾਣੀ ਮੈਂ ਭਰ ਲਿਆ ਮੈਨੂੰ, ਇੱਥੇ ਮੈਂ ਬੈਠਾ ਹਾਂ, ਇਹ ਸਭਾ ਮੇਰੇ ਨਾਲ ਉਹ ਗੱਲਾਂ ਕੀਤੀਆਂ ਉਤਲਾ ਮੈਂ ਕੀਤਾ ਹੋਇਆ। ਇਸ ਤੈਨੂੰ ਉਹ ਸਮਝਿਆ ਉਹ ਸਮਝੇ ਤੂੰ ਮੇਰੀ ਸਵਾਣੀ ਸਮਝੇ ਤੂੰ, ਮੈਂ ਅੱਗੇ ਆਉਂਦਾ ਮੈਂ ਕੂੜ ਹੁਣ ਸੱਚ ਇਹਨ ਪਦ ਚੌਧਰੀ ਆਪੇ ਆ ਕੇ ਸੁਣੇ ਸੀ ਜਿਵੇਂ ਅਸਾਂ ਕਾਵੜ ਤੂੰ ਚੌਧਰੀ ਦਾ ਕੁੱਤਾ ਮਾਰਿਆ ਆਈ ਨਾ ਇਹ ਨਹੀਂ ਜਾ ਅਸਾਂ ਨਹੀਂ ਮਾਰ ਚੱਲ ਚੱਲ ਨਹੀਂ ਕਰ ਅੱਗੇ ਬਾ ਉਹ ਚੱਲ 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 ਬਾਰੀ ਚੱਲ ਪਿਆ ਮੈਂ ਰਾਤਾ ਮੈਂ ਛੱਡ ਦੇ ਲੈ ਦੇ ਛੱਡ ਦੇ ਉਹ ਇਹ ਤੋਂ ਬਾਹਰ ਨਿਕਲ ਇਹ ਬਾਹਰ ਬਾ ਕੱਟ ਇਹ ਰੱਬਾ ਇਹ ਬਾਹਰ ਕੱਟ ਬਾਹਰ 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 ਓ ਬਾ ਕੀ ਬਈ ਆ ਕੀ ਦੇ ਓ ਰੱਬਾ ਉਹਦੀ ਬੇਲੀ ਬਾ ਨਿਕੇਲਾ ਮੇਰੀ ਇੱਕ ਮੁੰਸ਼ੀ ਨਾਲ ਵਗ ਗਈ।
ਓਏ ਹਟ ਜਾ ਕੁੱਤੇ ਯਾਰ ਹਟ ਜਾ ਕੀ ਬਣਿਆ ਹਟ ਜਾ ਬਗਾਰਾ ਕਰ ਏ ਕੀ ਪਿਆਦੀ ਏ ਆ ਤੇਰੀਆਂ ਸਾਰੀਆਂ ਗੱਲਾਂ ਦਾ ਫਿਰ ਫਿਰਦਾ ਪਿਆ ਇਹਦਾ ਕੀ ਹੋਇਆ ਓ ਮੈਂ ਬੁੱਢੇ ਬਾਰੇ ਦਲੀਲ ਕੀ ਹਾਲ ਹੈ ਹਾਲ ਹੈ ਇਹ ਕੀ ਹੋਇਆ ਜੀ ਤੈਨੂੰ ਕੋਈ ਨਹੀਂ ਪਤਾ ਨਹੀਂ ਓਰੇ ਗੱਟ ਓਏ ਅੱਬਾ ਇਹ ਪੈਸੇ ਵੀ ਲੈਂਦੀ ਏ ਓਰੇ ਗੱਟ ਓਰ ਗੱਟ ਓਏ ਪੈਸੇ ਲੈਂਦੀ ਏ ਤੁਰਕੀ ਪੋਦਰ ਵਾਸਤੇ ਮੈਂ ਤਾਂ ਕੋਈ ਪੈਸੇ ਨਹੀਂ ਚਾਚਾ ਲੈ ਇਹ ਗੱਟ ਓ ਤੇ ਰੋਲਾ ਕੀ ਹੈ ਮੈਂ ਤਾਂ ਪਿਆਣਾ ਹੈ ਗੱਟ ਗੱਟ ਛੋੜ ਮੈਂ ਤਾਂ ਪਿਆਣਾ ਅੱਜ ਤੱਕ ਤੂੰ ਗੱਟ ਛੋੜ ਮੈਂ ਤੇਰੇ ਕੋਲ ਤੂੰ ਨੇ ਮੈਂ ਤੇਰੇ ਕੋਲ ਸੁਣਨਾ ਤੂੰ ਗੱਟ ਓ ਇਹ ਗੱਲ ਕੋਈ ਓਏ ਯਾਰ ਰੜਾ ਨਿਕਲ ਲੈ ਮੈਂ ਇਹ ਰਾਣਾ ਉਹ ਜਿਹੜੀਆਂ ਉਸ ਮੁੰਸ਼ੀ ਮੇਰੇ ਨਾਲ ਗੱਲਾਂ ਕੀਤੀਆਂ ਉਹ ਜੇ ਅਗਰ ਇਹਨਾਂ ਮੈਂ ਜਵਾਨੀ ਵਿੱਚ ਦੱਸਾਂ ਉਹ ਇੱਕ ਦਿਨ ਤੋਂ ਪਹਿਲੇ ਇਸ ਮੈਨੂੰ ਤਲਾਕ ਦੇ ਛੋੜਨੀ ਹੈ ਉਹ ਮੈਂ ਕਿਹੜੀ ਵਾਹ ਕਰਾਂ ਉਹ ਬਾਈਆ ਮੇਰੀ ਗੱਲ ਮੰਨ ਲਵੇ ਅੱਲਾ ਦਾ ਲਾਜ ਸੋਹਣੀ ਸਵਾਣੀ ਘੋੜਾ ਬੰਦਾ ਨਾ ਲਏ ਉਹ ਇਹ ਬਰਬਾਦ ਕਰ ਦਿੰਦੀਆਂ ਇਹ ਬੜੀਆਂ ਗੰਦੀਆਂ ਕੁੱਤੀਆਂ ਹੁੰਦੀਆਂ ਉਹ ਜਿਵੇਂ ਉਹ ਤੇਰੀ ਮਾਂ ਵੀ ਨਹੀਂ ਆਈ ਉਹ ਤੇਰੀ ਭੈਣ ਵੀ ਨਹੀਂ ਆਈ ਆ ਕੱਪੜੇ ਪਾ ਕੇ ਪੱਦਣੀਆਂ ਹੋਰ ਗੈਰਤ ਕਰ ਗੈਰਤ ਨਾ ਕਰੇ ਆ ਨਾ ਸਿੱਧਾ ਓਏ ਤੂੰ ਕਰ ਬਣ ਗਏ ਅਸਲਾਮ ਅਲੈਕੁਮ ਗਾਇਜ਼ मैं हूं आलिया मलिक और इस वक्त आप देख रहे हैं आलिया मलिक ओरिजिनल और पेंडू शहजादे की टीम हमारे साथ मौजूद है जो आज हमने एक स्टोरी बनाई है वैसे तो काफ़ी सी मतलब इसमें मैसेज हैं लेकिन एक बात ज़रूर आपको कहूंगी कि अच्छी हो लड़की या बुरी हो वो अपना घर ज़रूर बसाना चाहती है अपने माँ बाप की इज़्ज़त को महफूज रखना चाहती है ख़ासकर जो हमारे माशरे के लोग हैं जैसे कि आपने देखा है सोनिया जी और वो क्या नाम है माँ नूर मिल के हमें कैसे बातों में उलझा के मतलब मुंशी के साथ हमारी सेटिंग करवा रही हैं गलत बात है हमें खुद सोचना चाहिए कि हम भी किसी की बेटी हैं और हमारे साथ जो हैं जैसे कि सलमा हमारी नंद बनी हुई है वो भी किसी की बेटी है जब हम किसी को अच्छा मशवरा दे रहे हैं तो ज़ाहरी बात है हमें अपने बारे भी सोचना चाहिए ना तो हम इस तरह करके या इस तरह हरकतें करके क्या दिखाएँगे माँ बाप की तरबियत का क्या असर दिखाएँगे कि हमें क्या माँ बाप की क्या तरबियत दी हुई है और दूसरा मैसेज हमारी उन बहनों के लिए जो एक वो क्या कहते हैं एक मुठ कफा उसकी खातिर अपनी इज्जत ख्वार करती अपना ज़मीर बेचती हैं बहुत ही गलत बात है ऐसे मुंशी कितने आए और कितने गए सच तो ये है कि नुकसान मालिक का होता है और मुंशी अपने चंद सवाद की खातिर और थोड़े पल की खातिर किस तरह की हरकत करके उनको अपने हाथ में लेता और फिर दूसरों को कहता है जी तुम तो मेरी एक स्पेशल हो तुम काम करो ना करो हम आपको पैसे देते हैं ऐसे पैसों पे लानत भेजो कोई ज़रूरत नहीं है पैसों की ठीक है ना और अपनी इज़्ज़त महफूज रखें अपने माँ बाप की इज़्ज़त को महफूज रखें अपनी इज़्ज़त का ख्याल करें बहुत शुक्रिया जी थैंक यू सो मच हमारे तीन ही चैनल है जिनका नाम है आलिया मलिक ओरिजिनल पेंडू शहजादा और मांझी ऑफिशियल उनको लाइक करने के लिए सब्सक्राइब करने के लिए बहुत शुक्रिया और हमारे हमारे जो इस वक्त हमारे साथ एक्टर हैं आज इस लोकेशन देने वाले हामिद भाई हैं ये जो हमारे साथ लड़की काम कर रही है महानूर उनके भाई हैं और सलमा के मामू हैं तो आज हम आए हुए हैं मियाँ चन्नू हम यहाँ पे आए हुए हैं आप दोस्तों को हम अच्छी वीडियो और एक फ़नी वीडियो बना के ये दिखाना चाहते हैं कि आप लोग अपनी टेंशन अपनी परेशानियों में काफ़ी बिजी रहते हैं थोड़ा कम से कम खुश भी रह कर इसीलिए साथ फ़नी का भी टच देते हैं तो हमारे ये हामिद भाई हैं जीवन तालिब सलमा अहमद शेर भाई मलंगी मान जी परमू कर लो मरियालू वे दरान दे ये मान जी हैं और ये सोनिया जी और हमारी जो माँ नूर है वो इस वक्त रेस्ट कर रही है सो रही है तो हमने सोचा चलो सोने दो कोई बात नहीं साहिल जानी भी आराम कर रहे हैं और हमारे कैमरा मैन है जी हसनैन अब्बास उनका भी आपको सलाम और उम्मीद करती हूँ आप भी सब खैरियत से होंगे और हमारे लिए भी दुआ करें क्योंकि हम भी इतना अपना घर छोड़ के इतनी दूर आए हैं सिर्फ आप लोगों को अच्छी अच्छी स्टोरी देने के लिए अच्छी अच्छी लोकेशन दिखाने के लिए हमारे लिए भी दुआ करें कि अल्लाह हमें भी कामयाब करे पाकिस्तान जिंदाबाद।